ਜਿਸ ਮੈਂ ਅਮਰਤ ਗਿਆਨ ਹੈ ਮਾਨਕ ਭਗਤ ਬਹਿਰਾਗ ਗੁਰੂ ਗ੍ਰੰਥ ਸਾਹਿਬਿ ਉਦਦ ਬੰਦੋਂ ਕਰਿ ਅਨੁਰਾਗ ਜਿਨ ਗੁਰੂ ਸ਼ਬਦ ਕਮਾਏ ਜਿਨ ਨੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨ ਸਿਰ ਚਰਨਨ ਭਰਤਾਰ ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾ ਸਨਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾ ਸਨਸੋਏ ਵਾਹਿਗੁਰੂ ਸਾਹਿਬ ਜੀ ਦੋਹਰਾ ਇਸ ਪ੍ਰਕਾਰ ਸ੍ਰੀ ਸਤਗੁਰ ਪੂਰੀ ਵਿਰਾਜੇ ਆਏ ਭਾਈ ਬ੍ਰਿੱਧ ਕਿਤਕ ਦਿਵਸ ਰਹੋ ਨਿਕਟ ਸੁਖ ਪਾਏ ਇਸ ਪ੍ਰਕਾਰ ਸ੍ਰੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਚਨ ਕਿਰਪਾ ਦੇ ਖਜਾਨੇ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰਸਵਾਰੀ ਸਾਧ ਸੰਗਤ ਜੀਓ ਸਹਬ ਸਤਿਗੁਰੂ ਅਮਰਦਾਸ ਮਹਾਰਾਜ ਧੰਨ ਗੁਰੂ ਨਾਨਕ ਮਹਾਰਾਜ ਜੋਤ ਦੇ ਤੀਜੇ ਸਰੂਪ ਸਤਿਗੁਰੂ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪੂਰੀ ਵਸਾਈ ਹੈ ਇਹ ਮੇਰੇ ਸਤਿਗੁਰੂ ਜੀ ਦੀ ਕਿਰਪਾ ਹੈ ਕਿ ਉਜੜ ਥਿਓ ਵਸਾਇਓ ਇਹ ਉਜੜਿਆ ਹੋਇਆ ਥੇ ਸੀ ਭੂਤਾਂ ਪ੍ਰੇਤਾਂ ਦਾ ਆਵਾਸਾ ਸੀ ਤੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਅਮਰਦਾਸ ਮਹਾਰਾਜ ਨੂੰ ਹੁਕਮ ਕਰਕੇ ਇਸ ਨਗਰੀ ਨੂੰ ਵਸਾਇਆ ਸਾਈਂਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਕਰਤਾਰਪੁਰ ਨਗਰੀ ਵਸਾਈ ਰਾਵੀ ਦੇ ਕਿਨਾਰੇ ਤੇ ਉਸ ਪਾਵਨ ਪਵਿੱਤਰ ਸਥਾਨ ਤੇ ਆਪ ਜੀ ਨੇ ਸੱਚਖੰਡ ਪਿਆਨਾ ਕੀਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੂੰ ਹੁਕਮ ਹੋਇਆ ਸ੍ਰੀ ਖੰਡੂਰ ਸਾਹਿਬ ਆਣ ਕੇ ਵਸਾ ਕੀਤਾ ਸਾਹਿਬ ਅੰਗਦ ਦੇਵ ਸਾਹਿਬ ਮਹਾਰਾਜ ਸਤਗੁਰਾਂ ਦੇ ਹੁਕਮ ਦੇ ਨਾਲ ਅਮਰਦਾਸ ਸਤਗੁਰੂ ਮਹਾਰਾਜ ਨੇ ਸੋ ਇਹ ਨਗਰੀ ਵਸਾ ਕਰਕੇ ਇੱਥੇ ਵਾਸਾ ਕੀਤਾ ਹੈ ਨਗਰੀ ਵਸਾਈ ਹੈ ਤੋਂ ਬਹੁਤ ਲੋਕਾਂ ਨੇ ਤਾਂ ਸਾਜੋ ਸਮਾਨ ਦਿੱਤਾ ਹੈ ਧਰਤੀ ਦਿੱਤੀ ਹੈ ਘਰ ਬਣਾਓ ਘਰ ਬਣਾਉਣ ਦਾ ਸਮਾਨ ਬਖਸ਼ਿਆ ਨਗਰੀ ਵਿੱਚ ਰਹਿ ਕਰਕੇ ਸਤਗੁਰੂ ਜੀ ਦੀ ਚਰਨ ਸ਼ਰਨ ਵਿੱਚ ਸੰਗਤਾਂ ਜੁੜ ਕਰਕੇ ਆਨੰਦ ਮਾਣਦੀਆਂ ਹਨ ਸਹਿਬ ਸਤਗੁਰੂ ਜੀ ਬਖਸ਼ਿਸ਼ ਕੀਤੀ ਹੈ ਜਦੋਂ ਮੇਰੇ ਸਤਗੁਰਾਂ ਦਾ ਪ੍ਰਤਾਪ ਵਧਿਆ ਹੈ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਹਿਬਜ਼ਾਦੇ ਭਾਈ ਦਾਤੂ ਜੀ ਮਨ ਵਿੱਚ ਇਹ ਉਹਨਾਂ ਨੇ ਵਿਚਾਰ ਰੱਖਿਆ ਹੋਇਆ ਕਿ ਅਸੀਂ ਗੁਰੂ ਦੇ ਪੁੱਤਰ ਹਾਂ ਗੁਰੂ ਦੀ ਗੱਦੀ ਦਾ ਹੱਕ ਮੇਰਾ ਸੀ ਤੇ ਅਮਰਦਾਸ ਮਹਾਰਾਜ ਨੂੰ ਕਿਉਂ ਮਿਲ ਗਿਆ ਕੁਝ ਇਸ ਦੇ ਖੁਸ਼ਾਮਦੀ ਲੋਕਾਂ ਨੇ ਇਸ ਨੂੰ ਤਰਕਾਂ ਮਾਰੀਆਂ ਗੁਰੂ ਦੇ ਸਹਬਜ਼ਾਦੇ ਹੋ ਕਰਕੇ ਖਾਲੀ ਬੈਠੀ ਹੂੰ ਅਮਰਦਾਸ ਮਹਾਰਾਜ ਬੁੱਢੇ ਨੇ ਆਣ ਕਰਕੇ ਸੇਵਾ ਲੈ ਲਈ ਹੈ ਗੁਰੂ ਬਣ ਕੇ ਨੇ ਦੇਖੋ ਪ੍ਰਤਾਪ ਤੁਹਾਨੂੰ ਕੋਈ ਮੱਥਾ ਵੀ ਨਹੀਂ ਟੇਕਦਾ ਉਹਨਾਂ ਦੇ ਕੋਲ ਵੀ ਹੀਰਾਂ ਲੱਗੀਆਂ ਰਹਿੰਦੀਆਂ ਨੇ ਸੋ ਇਸ ਤਰੀਕੇ ਦੇ ਨਾਲ ਸੋ ਦਾਤੂ ਜੀ ਕ੍ਰੋਧਮਾਨ ਹੋ ਕਰਕੇ ਕੁਝ ਸਾਥੀਆਂ ਨੂੰ ਨਾਲ ਲੈ ਕਰਕੇ ਸਤਗੁਰੂ ਅਮਰਦਾਸ ਮਹਾਰਾਜ ਦਾਤਾਰ ਗੁਰਗੰਦੀ ਤੇ ਬੈਠੇ ਹੋਏ ਨੇ ਸੰਗਤਾਂ ਜੁੜੀਆਂ ਹੋਈਆਂ ਗੁਰੂ ਦੀ ਬੇਅਦਬੀ ਕੀਤੀ ਹੈ ਮਹਾਰਾਜ ਨੇ ਮਹਾਨ ਸ਼ਹਿਨਸ਼ੀਲਤਾ ਦਿਖਾਈ ਹੈ ਹਜ਼ੂਰ ਜੀ ਕਹਿੰਦੇ ਨੇਪ ਹੈ ਤੁਸੀਂ ਗੁਰੂ ਦੇ ਸਹਬਜ਼ਾਦੇ ਹੋ ਸਾਡਾ ਫਰਜ਼ ਸੀ ਤੁਹਾਡਾ ਸਤਿਕਾਰ ਕਰਨਾ ਠੀਕ ਹੈ ਤਾੜਨਾ ਯੋਗ ਹੀ ਸੀ ਸਰੀਰ ਤੁਸੀਂ ਤਾੜਿਆ ਹੈ ਸੇਵਾ ਦੱਸੋ ਕੀ ਕਰੀਏ ਪ੍ਰਹਾਂਡਾ ਕੋਮਲ ਚਰਨ ਸਾਡੇ ਕਰਨੇ ਸ਼ਰੀਰ ਨੂੰ ਲੱਗਾ ਤੁਹਾਡੇ ਦਰਦ ਹੁੰਦੀ ਹੋਣੀ ਹੈ ਅਸੀਂ ਘੁੱਟ ਦਿੰਨੇ ਆ ਐਸੇ ਬਚਨ ਕੀ ਤੇ ਇਹਨਾਂ ਕ੍ਰੋਧ ਵਿੱਚ ਕਿਹਾ ਤੁਹਾਨੂੰ ਹੋਰ ਕੋਈ ਸੇਵਾ ਨਹੀਂ ਛੱਡ ਕੇ ਚਲੇ ਜਾ ਇੱਥੋਂ ਤੁਸੀਂ ਮੇਰੇ ਸਤਿਗੁਰੂ ਪਾਤਸ਼ਾਹ ਸ਼ੈਨਸ਼ੀਲਤਾ ਦੇ ਸਮੁੰਦਰ ਹਨ ਸੋ ਕਹਿਣ ਲੱਗੇ ਠੀਕ ਹੈ ਮਨ ਵਿੱਚ ਵਿਚਾਰ ਕਰ ਲਿਆ ਮੇਰੇ ਗਰੀਬ ਬਨਵਾਜ ਸੰਗਤਾਂ ਥਾਉ ਥਾਈ ਗਈਆਂ ਸੂਰਜ ਅਸਤ ਹੋ ਗਿਆ ਹੈ ਦੀਵਾਨ ਦੀ ਸਮਾਪਤੀ ਹੋ ਗਈ ਸਤਿਗੁਰੂ ਜੀ ਆਪਣੇ ਆਸਨ ਤੇ ਬਿਰਾਜਮਾਨ ਹੋਏ ਨੇ ਅੱਧੀ ਰਾਤ ਨੂੰ ਉੱਠ ਕਰਕੇ ਮੇਰੇ ਸਤਿਗੁਰੂ ਜੀ ਵਾਸਰ ਕੇ ਨਗਰ ਜਾ ਕਰਕੇ ਇੱਕ ਕੋਠਾ ਹੈ ਗਊਆਂ ਨੂੰ ਪਾਲਣ ਵਾਲਿਆਂ ਦਾ ਬਾਹਰ ਬਾਹਰ ਉਹਦੇ ਵਿੱਚ ਜਾ ਕੇ ਮੇਰੇ ਸਾਹਦੇ ਦਰਵਾਜਾ ਬੰਦ ਕਰ ਲਿਆ ਹੈ ਆਪ ਅੰਦਰ ਬੈਠ ਕੇ ਦਰਵਾਜੇ ਤੇ ਲਿਖ ਦਿੱਤਾ ਹੈ ਜਿਹੜਾ ਇਹ ਦਰਵਾਜੇ ਨੂੰ ਖੋਲੇਗਾ ਅਸੀਂ ਉਹਦੇ ਗੁਰੂ ਨਹੀਂ ਉਹ ਸਾਡਾ ਸਿੱਖ ਨਹੀਂ ਅਸੀਂ ਉਸ ਦੀ ਲੋਕ ਪ੍ਰਲੋਕ ਚ ਮਦਦ ਨਹੀਂ ਕਰਾਂਗੇ ਹੁਣ ਇੰਦਰ ਸੰਗਤਾਂ ਦੇ ਵਿੱਚ ਜਿਸ ਵੇਲੇ ਇਸ ਤਰੀਕੇ ਦੇ ਨਾਲ ਸੋ ਗੁਰੂ ਪਾਤਸ਼ਾਹ ਜੀ ਦਾ ਵਿਛੋੜਾ ਜਿਹੜਾ ਉਸ ਨੇ ਜਿਸ ਵੇਲੇ ਖਿੱਚ ਪਾਈ ਹੈ ਬਾਬਾ ਮੁੰਡਾ ਸਾਹਿਬ ਨੂੰ ਬੇਨਤੀ ਕੀਤੀ ਹੈ ਬਾਬਾ ਮੁੰਡਾ ਸਾਹਿਬ ਜੀ ਆਏ ਨੇ ਸੋ ਸਾਰੀ ਵਿਥਿਆ ਪੁੱਛੀ ਹੈ ਉਹ ਘੋੜੀ ਦੀ ਗੱਲ ਦੱਸੀ ਭਈ ਮਹਾਰਾਜ ਗੁਰੂ ਸਾਹਿਬ ਦੀ ਸਵਾਰੀ ਆ ਘੋੜੀ ਐ ਇਹਨੂੰ ਲਿਜਾਣਾ ਚਾਹੁੰਦਾ ਸੀ ਦਾਤੂ ਘੋੜੀ ਨੇ ਸਵਾਰੀ ਨਹੀਂ ਦਿੱਤੀ ਉੱਤੇ ਚੜ੍ਹਿਆ ਇਸ ਨੇ ਛੁੱਟ ਦਿੱਤਾ ਥੱਲੇ ਆਪਣੇ ਯਤਨ ਦੇ ਨਾਲ ਘੋੜੀ ਨਹੀਂ ਰਹੀ ਐ ਤੇ ਦਾਤੂ ਜਿਹੜਾ ਸੀ ਪ੍ਰਕਾਰ ਸਾਜੇ ਸਮਾਨ ਗੁਰੂ ਕਰਦਾ ਲੁੱਟ ਕਰਕੇ ਸਾਰਾ ਕੁਝ ਉਹਨੇ ਇੱਥੇ ਇੱਕ ਦਿਨ ਬੈਠ ਕਰਕੇ ਦੇਖਿਆ ਸੰਗਤਾਂ ਨੇ ਜਦੋਂ ਕੋਈ ਸਤਕਾਰ ਨਹੀਂ ਕੀਤਾ ਸੰਗਤਾਂ ਵਿੱਚ ਰੋਸ ਸੀ ਕੋਈ ਮੱਥਾ ਟੇਕਣ ਨਹੀਂ ਆਇਆ ਇਓ ਫੇਰ ਸ਼ਰਮਿੰਦਾ ਹੋਇਆ ਸਾਜੋ ਸਮਾਨ ਲੁੱਟ ਕਰਕੇ ਜਾ ਰਿਹਾ ਸੀ ਖਚਰਾ ਲੰਦ ਕੇ ਡਾਕੂ ਪਾਏ ਤੇ ਲੁੱਟ ਕੇ ਲੈ ਗਏ ਸਾਰਾ ਕੁਝ ਸਾਥੀਆਂ ਦੇ ਸਾਰੇ ਭੱਜ ਗਏ ਇਕੱਲਾ ਹੀ ਕਾਬੂ ਆ ਗਿਆ ਡਾਕੂਆਂ ਦਾ ਉੱਥੋਂ ਜਾਨ ਬਚਾ ਕੇ ਘਰ ਗਿਆ ਹੁਣ ਘਰ ਵਿੱਚ ਜਾ ਕਰਕੇ ਸ਼ਰਮਦਾ ਮਹਾਰਾ ਸੋਪਿਆਂ ਬੈਠਾ ਹੈ ਤੇ ਲੱਤ ਵਿੱਚ ਉਸਨੇ ਦਰਦ ਪੈ ਰਹੀ ਹੈ ਦੁਖੀ ਹੋ ਰਿਹਾ ਹੈ ਇਧਰੋਂ ਬਾਬਾ ਜੀ ਨੇ ਸੋ ਵਿਚਾਰ ਕੀਤਾ ਹੈ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਦਰਸ਼ਨ ਕਰਾਉਣੇ ਨੇ ਸੰਗਤ ਨੂੰ ਬਾਬਾ ਜੀ ਨੇ ਕਿਹਾ ਵੀ ਸਤਗੁਰਾਂ ਦੀ ਘੋੜੀ ਜਿਹੜੀ ਹੈ ਨਾ ਇਹਦੇ ਵਿੱਚ ਸੋ ਕਰਾਮਾਤ ਹੈ ਗੁਰੂ ਦੀ ਸਵਾਰੀ ਹੈ ਇਸ ਵਾਸਤੇ ਇਤ ਕਾਠੀ ਪਾ ਕਰਕੇ ਉਹਨੂੰ ਤਿਆਰ ਕਰ ਘੋੜੀ ਨਿਵਾਹ ਕਰਕੇ ਭਲੀ ਪ੍ਰਕਾਰ ਤਿਆਰੀ ਕੀਤੀ ਹੈ ਤੋਂ ਤਾਰੂਆਂ ਨੇ ਕੱਸ ਕੇ ਕਾਟੀ ਕੱਸ ਕਰਕੇ ਪੂਰੀ ਸਵਾਰੀ ਕਰਕੇ ਸੋ ਇਸ ਪਰ ਕੰਢਿਆਲਾ ਦਿੱਤਾ ਹੈ ਲਗਾਮ ਪਾ ਕਰਕੇ ਤੇ ਘੋੜੀ ਜਿਹੜੀ ਹੈ ਨਾ ਉਸ ਨੂੰ ਤਿਆਰ ਕੀਤਾ ਬਾਬਾ ਜੀ ਨੇ ਅਰਦਾਸ ਕੀਤੀ ਹੈ ਤੇ ਇਸ ਤਰੀਕੇ ਦੇ ਨਾਲ ਕਿਹਾ ਭਈ ਘੋੜੀ ਜਿਹੜੀ ਹੈ ਇਹ ਹੁਣ ਜਿੱਧਰ ਜਾਏਗੀ ਸਤਗੁਰੂ ਪਾਤਸ਼ਾਹ ਨੂੰ ਲੱਭੇਗੀ। ਇਉਂ ਬਾਬਾ ਜੀ ਸੰਗਤਾਂ ਨੂੰ ਲੈ ਕੇ ਮਗਰ ਮਗਰ ਕੋਹੜੀ ਨੂੰ ਨਗਰ ਤੋਂ ਬਾਹਰ ਕਰਕੇ ਛੱਡਿਆ। ਕੋਹੜੀ ਚਾਰ ਚੰਫੇਰੇ ਸੁੰਘਦੀ ਹੋਈ ਸਤਗੁਰੂ ਪਾਤਸ਼ਾਹ ਜਿਸ ਪਾਸੇ ਰਸਤੇ ਗਏ ਸੀ ਉਧਰ ਜਾ ਰਹੀ। ਰਸਤੇ ਵਿੱਚ ਕਿਤੇ ਤੇਜ਼ ਹੁੰਦੀ ਕਿਤੇ ਹੌਲੀ। ਕਿਦਨੇ ਇੱਧਰ ਉੱਧਰ ਦੇਖ ਕਰਕੇ ਕੋਹੜੀ ਹਣਕਦੀ ਹੈ ਜਣਾਉਂਦੀ ਹੈ ਕਿ ਸਤਗੁਰੂ ਪਾਤਸ਼ਾਹ ਜੀ ਇੱਧਰ ਗਏ ਹ। ਇਉਂ ਸੰਗਤਾਂ ਨੂੰ ਲੈ ਕਰਕੇ ਜਿਸ ਵੇਲੇ ਦੂਰੋਂ ਕੋਠਾ ਦੇਖਿਆ ਉਹਨੂੰ ਵੇਖ ਕਰਕੇ ਕੋਹੜੀ ਨੇ ਫਿਰ ਹਰੇਕਾ ਕੀਤਾ ਹੈ। ਜਾਂ ਕਿ ਚਾਰ ਚਫਰੇ ਉਸ ਕੋਠੇ ਦੇ ਦੂਰ ਦੂਰ ਤੱਕ ਹੋਣੀ ਫਿਰ ਕਰਕੇ ਆਖਰ ਦਰਵਾਜੇ ਤੇ ਆਣ ਕੇ ਉਸ ਨੇ ਮੱਥਾ ਟੇਕਿਆ ਘੋੜੀ ਨੇ ਤੇ ਬਾਬਾ ਜੀ ਖੁਸ਼ ਹੋਏ ਕਹਿਣ ਲੱਗੇ ਦੇਖੋ ਭਾਈ ਸਤਿਗੁਰੂ ਜੀ ਇੱਥੇ ਹਨ ਜਦੋਂ ਤੱਕਿਆ ਬਾਬਾ ਜੀ ਨੇ ਦਰਵਾਜਾ ਤਾਂ ਹੈ ਬੰਦ ਹੈ ਉੱਤੇ ਅੱਖਰ ਲਿਖੇ ਨੇ ਸੰਗਤਾਂ ਨੂੰ ਆਵਾਜ਼ ਮਾਰੀ ਆਓ ਸੰਗਤ ਜੀ ਸਮੂਤ ਮਿਲ ਗਿਆ ਸਤਿਗੁਰੂ ਪਾਤਸ਼ਾਹ ਜੀ ਦਾ ਦੱਸਿਆ ਗੁਰੂ ਦੇ ਬਚਨ ਪੜ੍ਹ ਕੇ ਸੁਣਾਏ ਨੇ ਤਾਂ ਸਾਰੀ ਸੰਗਤ ਸੁਣ ਕੇ ਹੈਰਾਨ ਵੀ ਹੋਈਏ ਤੇ ਸਾਰੇ ਬੈਠ ਗਏ ਬਾਬਾ ਜੀ ਕੋਈ ਯਤਨ ਕਰੋ ਹੁਣ ਗੁਰੂ ਸਾਨੂੰ ਪ੍ਰਗਟ ਕਰਨ ਦਾ ਬਾਬਾ ਜੀ ਨੇ ਸੋ ਇਸ ਪ੍ਰਕਾਰ ਪਿਛਲੇ ਪਾਸੇ ਦੀ ਜਾ ਕਰਕੇ ਸੋ ਕੰਧ ਪਾਣੀ ਸੰਨ ਲਈ ਹੈ ਉਹਦੇ ਵਿੱਚ ਦੀ ਲੰਘ ਕੇ ਜਾ ਕਰਕੇ ਸਤਿਗੁਰੂ ਜੀ ਸਮਾਧੀ ਵਿੱਚ ਇਸ਼ਤਤ ਹਨ ਬਾਬਾ ਨੇ ਜਾ ਕੇ ਨਮਸ਼ਕਾਰ ਕੀਤੀ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਹੱਥਾਂ ਨਾਲ ਪਰਸਿਆ ਹੈ ਤੇ ਜਿਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮੌਜੂਦ ਸੀ ਬਾਬਾ ਜੀ ਨੇ ਚਰਨ ਛੋਏ ਨੇ ਗੁਰੂ ਸਾਹਿਬ ਨੇ ਸਮਾਧੀ ਖੋਲ੍ਹ ਲਈ ਹੈ ਤੇ ਬਾਬਾ ਜੀ ਪੁੱਛਦੇ ਹਨ ਉਹ ਸਤਿਗੁਰੂ ਜੀ ਨੇ ਪੁੱਛਿਆ ਕਿ ਬਾਬਾ ਮੁੰਡਾ ਜੀ ਤੁਸੀਂ ਸਾਡੇ ਬਚਨ ਨਹੀਂ ਪੜੇ ਸਾਡੇ ਹੁਕਮ ਦੀ ਉਲੰਘਣਾ ਤੇ ਨਹੀਂ ਕੀਤੀ ਨਹੀਂ ਮਹਾਰਾਜ ਆਪ ਜੀ ਦੇ ਬਚਨਾਂ ਤੋਂ ਕਿਵੇਂ ਉਲਟੋ ਹੋ ਸਕਦੇ ਆ ਫਿਰ ਤੁਸੀਂ ਕਿੱਦਾਂ ਆਏ ਕਹਿੰਦੇ ਮਹਾਰਾਜ ਉਹ ਦੇਖੋ ਅਸੀਂ ਤਾਂ ਸੱਨ ਲਾਈ ਹੈ ਅੱਜ ਚੋਰ ਬਣਨਾ ਪਿਆ ਕਿਉਂਕਿ ਚੋਰ ਸੱਨਾਂ ਲਾਉਂਦੇ ਆ ਅੱਜ ਦਿਨ ਦੇ ਚੋਰ ਆ ਮਹਾਰਾਜ ਸੱਨ ਲਾਈ ਹੈ ਤੁਹਾਡੇ ਦਰਸ਼ਨ ਕਰਨ ਵਾਸਤੇ ਤੇ ਸੰਗਤਾਂ ਬੇਬਲ ਨਹੀਂ ਤੇ ਸਤਿਗੁਰੂ ਪਾਸ਼ ਨੂੰ ਬੇਨਤੀਆਂ ਕੀਤੀਆਂ ਗੁਰੂ ਅੰਗਦ ਦੇਵ ਸਾਹਿਬ ਦਾ ਹੁਕਮ ਆਪ ਜੀ ਨੂੰ ਹੈ ਕਿ ਸੰਗਤਾਂ ਨੂੰ ਦਰਸ਼ਨ ਦਿਓ ਨਾਮਦਾਨ ਬਖਸ਼ੋ ਸੰਗਤਾਂ ਦਾ ਉਧਾਰ ਕਰੋ ਤੇ ਗੁਰੂ ਦਾ ਹੁਕਮ ਮਹਾਰਾਜ ਤੁਹਾਡੇ ਵਾਸਤੇ ਹੈ ਸੰਗਤਾਂ ਨੂੰ ਦਰਸ਼ਨ ਦਿਓ ਪਰ ਸਨ ਹੋ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ ਚੰਗਾ ਦਰਵਾਜ਼ਾ ਖੋਲੋ ਬਾਬਾ ਜੀ ਨੇ ਦਰਵਾਜ਼ਾ ਖੋਲ੍ਹਿਆ ਹੈ ਸੰਗਤਾਂ ਨੂੰ ਆਜ ਦਿੱਤੀ ਹੈ ਸੰਗਤਾਂ ਬਹੁਤ ਕਾਢੀ ਨਾਲ ਖੁਸ਼ ਹੋ ਕਰਕੇ ਦਰਸ਼ਨਾਂ ਲਈ ਉਮੜੀਆਂ ਨੇ ਗੁਰੂ ਚਰਨਾਂ 'ਚ ਨਮਸਕਾਰਾਂ ਕੀਤੀਆਂ ਭੇਟਾ ਰੱਖੀਆਂ ਢੇਰ ਲੱਗ ਗਏ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ ਇਸ ਥੀਕੇ ਦੇ ਨਾਲ ਮੇਰੇ ਸ਼ਨਸ਼ਾ ਪਿੱਤਾ ਸਤਿਗੁਰੂ ਜੀ ਬਖਸ਼ਿਸ਼ ਕੀਤੀ ਹੈ ਸਮੁੱਚੀ ਸੰਗਤ ਨੂੰ ਲੈ ਕਰਕੇ ਹਜੂਰ ਪਾਤਸ਼ਾਹ ਜੀ ਸੋ ਉਸ ਕੋਠੇ ਵਿੱਚੋਂ ਬਾਹਰ ਆਏ ਨੇ ਉਸ ਪਾਵਨ ਅਸਥਾਨ ਦਾ ਨਾਮ ਸਨ ਸਹਿਬ ਗੁਰਦੁਆਰਾ ਸਾਹਿਬ ਬਣਿਆ ਬਾਸਰ ਕੇ ਨਗਰੀ ਦੇ ਵਿੱਚ ਤੇ ਉੱਥੇ ਮਹਾਰਾਜਾ ਦਾ ਇਹ ਵਚਨ ਜਿਹੜਾ ਹੈ ਇਸ ਪ੍ਰਕਾਰ ਸਿੱਧ ਹੈ ਕਿ ਜਿਹੜਾ ਵੀ ਸੁਖਣਾ ਪ੍ਰਸ਼ਾਦੀ ਦੇਖ ਕਰਾਵੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ ਸਨ ਦੇ ਵਿੱਚੋਂ ਦੀ ਨਿਕਲ ਜਾਊਗਾ ਮੇਰੇ ਸਤਗੁਰੂ ਜੀ 84 ਲੱਖ ਜੂਨਾ ਉਸ ਦੀਆਂ ਘਟ ਦਿੰਦੇ ਨੇ ਇਹ ਵਰਦਾਨ ਉਸ ਸਥਾਨ ਤੇ ਸੋ ਵਿਸ਼ਵਾਸ ਕੀਤਾ ਜਾਂਦਾ ਹੈ। ਤੋਂ ਮਹਾਂਪੁਰਖ ਨਾਲ ਜਾ ਕਰਕੇ ਸਿੰਘਾਂ ਨੂੰ ਇਸ ਪ੍ਰਕਾਰ ਇਹ ਜਿਹੜਾ ਨਿਜਮ ਸੀ ਸੋ ਕਰਾਇਆ ਕਰਦੇ ਸਨ ਗੁਰੂ ਬਖਸ਼ਿਸ਼ ਦੇ ਨਾਲ ਤੇ ਫਿਰ ਬਾਬਾ ਜੀ ਨੇ ਬੇਨਤੀ ਕੀਤੀ ਸਤਗੁਰੂ ਜੀ ਆਪ ਦੀ ਘੋੜੀ ਤਿਆਰ ਹੈ। ਆਪ ਘੋੜੀ ਤੇ ਸਵਾਰ ਹੋ ਕਰਕੇ ਆਪਣੇ ਸਥਾਨ ਤੇ ਚਲੋ। ਸਤਗੁਰੂ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਆਣ ਕਰਕੇ ਆਪਣੇ ਪਵਿੱਤਰ ਸਥਾਨ ਤੇ ਸੋਭਨਿਕ ਹੋਏ ਨੇ। ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਹੈ। ਤਾਂ ਜਿਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਜੀ ਗੁਰਗੰਦੀ ਤੇ ਸੋਭਨੀ ਕੋ ਕਰਕੇ ਬਖਸ਼ਿਸ਼ਾਂ ਕਰਦੇ ਹਨ ਮਹਾਨ ਮਹਾਨ ਗੁਰਸਿੱਖਾਂ ਨੂੰ ਗੁਰਸਿੱਖੀ ਦਾਨ ਬਖਸ਼ ਕਰਕੇ ਕਿਰਪਾ ਕਰਦੇ ਹਨ ਉਹ ਪਿਆਰਪੂਰਵਕ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਰਕਤਾਂ ਤੇ ਬਖਸ਼ਿਸ਼ਾਂ ਨੂੰ ਗੁਰੂ ਦੇ ਇਤਿਹਾਸ ਦੇ ਵਿੱਚ ਸਰਵਣ ਕਰੀਏ ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁੱਖ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦੋਹਰਾ ਇਸ ਪ੍ਰਕਾਰ ਸ੍ਰੀ ਸਤਗੁਰੂ ਪੂਰੀ ਬਰਾਜੇ ਆਏ ਐਸ ਤਰੀਕੇ ਦੇ ਨਾਲ ਧਨ ਸਤਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਦੀ ਪੂਰੀ ਵਿੱਚ ਆ ਕੇ ਗੁਰਗੱਦੀ ਤੇ ਸੋਮਣਿਕ ਹੋਏ ਹਨ ਪਾਈ ਬਿਰਧ ਕਿਤਕ ਦਿਵਸ ਰਹਿਓ ਨਿਕਟ ਸੁਖ ਪਾਏ ਬਾਬਾ ਬੁੰਡਾ ਸਾਹਿਬ ਜੀ ਕਿੰਨੇ ਕ ਦਿਨ ਫਿਰ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਰਹੇ ਬੜਾ ਸੁਖ ਪ੍ਰਾਪਤ ਕੀਤਾ ਦਰਸ਼ਨ ਕਰਕੇ ਚੌਪਈ ਦਾਤੂ ਲਾਤ ਬਿਖੈ ਦੁਖ ਭਇਓ ਹੁਣ ਮਹਾਰਾਜ ਦਾ ਬਚਨ ਹੋ ਗਿਆ ਸੀ ਤੁਹਾਡੀ ਲੱਤ ਵਿੱਚ ਦਰਦ ਹੁਣ ਉਹਦੇ ਹੁਣ ਦਰਦ ਹੁੰਦੀ ਹੈ ਬੜਾ ਇਸ ਪ੍ਰਕਾਰ ਦੁਖੀ ਹੋਇਆ ਹਸਤੇ ਬੀਚਤੇ ਪੀਰਿਤ ਥਿयो ਹੁਣ ਐਵੇਂ ਮਾੜੀ ਮੋਟੀ ਨਹੀਂ ਜਿਹੜੀ ਲੱਤ ਦੀ ਹੱਡੀ ਆ ਨਾ ਉਹਦੇ ਵਿੱਚ ਚੀਰ ਪੈਂਦਾ ਹੁਣ ਦਰਦ ਹੁੰਦੀ ਹੈ ਗੁਰੂ ਓਵਗਿਆ ਤੇ ਦੁਖ ਪਾਵੈ ਜਿਵੇਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਨਿਰਾਦਰੀ ਕੀਤੀ ਇਸਨੇ ਕਹਿੰਦੇ ਉਸ ਦਾ ਫਲ ਇਹਨੂੰ ਮਿਲਿਆ ਹੁਣ ਗੁਰੂ ਸਾਹਿਬ ਨੇ ਤਾਂ ਪਾਈ ਸੋ ਆਪਣਾ ਨਿਮਰਤਾ ਹੀ ਜਣਾਈ ਗੌਰਵਤਾ ਜਣਾਈ ਹੈ ਪਰ ਹੁਣ ਗੁਰੂ ਦੀ ਬੇਅਦਬੀ ਦਾ ਫਲ ਤਾਂ ਪਰਮੇਸ਼ਵਰ ਨੇ ਦੇਣਾ ਸੀ ਨਾ ਇਸ ਵਾਸਤੇ ਕਹਿੰਦੇ ਇਹਦੇ ਲੱਤ ਵਿੱਚ ਹੁਣ ਭਾਰੀ ਦਰਦ ਹੁੰਦੀ ਹੈ ਆਏ ਸੁਮੀਪ ਨਹੀਂ ਬਖਸ਼ਾਵੈ ਪਰ ਹੁਣ ਇਦਾਂ ਕਰੇ ਕੀ ਸੋ ਨੇੜੇ ਆ ਕੇ ਸਤਗੁਣਾਂ ਦੇ ਹੁਣ ਬਖਸ਼ਾ ਵੀ ਨਹੀਂ ਸਕਦਾ ਹੈ ਆਪਣੀ ਭੁੱਲ ਨੂੰ ਲੱਜਾ ਜੁੱਤ ਕਿਆ ਮੁਖ ਲੈ ਜਾਹਾਂ ਹੁਣ ਆਪ ਹੀ ਸ਼ਰਮਿੰਦਾ ਹੈ ਇਸ ਵਾਸਤੇ ਸੋਚਦਾ ਮੈਂ ਕੀ ਮੂੰਹ ਲੈ ਕੇ ਜਾਵਾਂ ਮਹਾਰਾਜ ਕੋਲ ਸਾਰੀ ਸੰਗਤ ਦੇ ਵਿੱਚ ਮੈਂ ਜੋ ਕੁਝ ਕੀਤਾ ਸੰਗਤਾਂ ਸਭ ਨੂੰ ਪਤਾ ਹੈ ਹੁਣ ਕਿਹੜਾ ਮੂੰਹ ਲਾ ਕੇ ਜਾਵਾਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਾਫੀ ਮੰਗਾ ਬੈਠ ਸਭਾ ਸੋਭਾ ਕਿੰਮ ਲੈ ਹਾਂ ਗੁਰੂ ਦੀ ਸੰਗਤ ਸਭਾ ਵਿੱਚ ਬੈਠ ਕੇ ਕੀ ਸੋਭਾ ਹੋਏਗੀ ਮੇਰੀ ਪਰ ਇਹ ਅੰਦਰ ਅਜੇ ਹਉਮੈ ਟਿਕੀ ਹੋਈ ਹੈ ਜੇ ਕਿਤੇ ਮਹਾਰਾ ਸਤੁਰਾਂ ਦੀ ਬਖਸ਼ਿਸ਼ ਹੋਵੇ ਇਹ ਮਨ ਵਿੱਚੋਂ ਕਿਤੇ ਹੰਕਾਰ ਚੱਲਿਆ ਜਾਵੇ ਆਪਣੇ ਵੱਡੇ ਪੁਣੇ ਦਾ ਤੇ ਆਣ ਕੇ ਜੇ ਗੁਰੂ ਸਾਹਿਬ ਦੇ ਚਨ ਫੜਦਾ ਤੇ ਮਹਾਰੇ ਪਤਨ ਕੀ ਕੀ ਵਰਕਤਾ ਬਖਸ਼ਿਸ਼ ਕਰ ਦਿੰਦੇ ਪਰ ਭਾਗ ਨਹੀਂ ਸਨ ਸਦਨ ਵਿਖੇ ਬੈਠਿਓ ਨਿਤ ਰਹਾ ਹੁਣ ਨਿਤ ਪ੍ਰਤੀ ਆਪਣੇ ਘਰ ਚ ਬੈਠਾ ਰਹਿਂਦਾ ਝੂਰਦਾ ਰਹਿੰਦਾ ਹੈ ਕਸ਼ਟ ਲਾਟ ਕੋ ਧੀਰਗ ਸਹ ਹੁਣ ਵੱਡਾ ਭਾਰੀ ਲਤ ਦਾ ਜਿਹੜਾ ਦੁੱਖ ਹੈ ਨਾ ਹੁਣ ਦਰਦ ਦਾ ਹੈ ਉਨੂੰ ਸਹਾਰਦਾ ਹੈ ਘਰੇ ਬੈਠਾ ਹਰਖ ਨਾ ਸੋਕ ਨਾ ਰਹੇ ਸਮਾਨ ਹੁਣ ਮੇਰੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੁਣ ਉਹਨਾਂ ਨੂੰ ਨਾ ਕੋਈ ਖੁਸ਼ੀ ਨਾ ਕੋਈ ਗਮੀ ਉਹ ਤਾਂ ਮਹਾਨ ਉੱਚ ਅਵਸਥਾ ਦੇ ਮਾਲਕ ਹਨ ਸ੍ਰੀ ਸਤਗੁਰੂ ਔਰ ਸਿਮਾ ਨਿਧਾਨ ਤੇ ਮੇਰੇ ਸਤਗੁਰੂ ਮਹਾਰਾਜ ਹਿਰਦੇ ਕਰਕੇ ਖਿਮਾ ਦੇ ਖਜ਼ਾਨੇ ਹਨ ਜੋ ਵੀ ਮੇਰੇ ਹਾਜੂਰ ਸਤਗੁਰਾਂ ਦੇ ਆਉਂਦਾ ਹੈ ਉ ਵੱਡੇ ਵੱਡੇ ਗੁਨਾਹ ਪਾਪ ਬਖਸ਼ ਦਿੰਦੇ ਹਨ ਭਲਾ ਬੁਰਾ ਕਿਸ ਹੂ ਨਾ ਬਖਾਨ ਹੈ ਮੇਰੇ ਸਤਿਗੁਰੂ ਜੀ ਸਮਰੱਥ ਪਰਮੇਸ਼ਰ ਰੂਪ ਨੇ ਨਾ ਕਿਸ ਨੂੰ ਭਲਾ ਨਾ ਕਿਸੇ ਨੂੰ ਬੁਰਾ ਕੋਈ ਛੇਤੀ ਨਾਲ ਕਹਿੰਦੇ ਨਹੀਂ ਹਨ ਸਭ ਪਰ ਦਇਆ ਦ੍ਰਿਸ਼ਟ ਕੋਠਨ ਹੈ ਜਿਹੜਾ ਵੀ ਸ਼ਰਨ ਵਿੱਚ ਆਉਂਦਾ ਹੈ ਮਹਰ ਕਿਰਪਾ ਦ੍ਰਿਸ਼ਟੀ ਨਾਲ ਹੀ ਤੱਕਦੇ ਹਨ ਬਖਸ਼ਿਸ਼ਾਂ ਹੀ ਕਰਦੇ ਹਨ ਦਾਤੇ ਸਤਿਗੁਰੂ ਤਦ ਭਾਈ ਬੁੱਢੇ ਕਰ ਜੋਰੇ ਤਦੋਂ ਬਾਬਾ ਬੁੰਡਾ ਸਾਹਿਬ ਜੀ ਨੇ ਇਸ ਪਰ ਘਰ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ ਵਿਦਾ ਹੋਏ ਗਮਨਿਓ ਗ੍ਰਹਿ ਓਰੇ ਜੀ ਮਹਾਰਾਜ ਦੀ ਆਗਿਆ ਲੈ ਕਰਕੇ ਆਪਣੇ ਘਰ ਵੱਲ ਨੂੰ ਇਹਨਾਂ ਦੀ ਨਗਰੀ ਰਮਦਾਸ ਹੈ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਉਧੋਂ ਚੱਲ ਪਏ ਹਨ ਗਿਆਨवान ਗੁਰ ਧਿਆਨ ਸਦੀਵਾ ਸਦਾ ਵਾਸਤੇ ਬਾਬਾ ਬੁੰਡਾ ਸਾਹਿਬ ਜੀ ਗੁਰੂ ਵਿੱਚ ਧਿਆਨ ਜੁੜੀ ਰੱਖਦੇ ਨੇ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ ਸਭ ਤੇ ਉੱਚ ਅਦੇਕ ਮਨ ਨੀਵਾ ਉਹ ਆਤਮਾ ਕਰਕੇ ਸਭ ਤੋਂ ਉੱਚੇ ਨੇ ਪਰ ਮਨ ਕਰਕੇ ਸਭ ਤੋਂ ਨੀ ਨਿਮਰਤਾ ਧਾਰਨ ਕੀਤੀ ਹੋਈ ਹੈ ਪਾਰੋ ਜੁਲਕਾ ਡੱਲੇ ਮਾਹੇ ਹੁਣ ਇਹ ਗੋਇੰਦਵਾਲ ਸਾਹਿਬ ਵਿਆਸਾ ਨਦੀ ਦੇ ਪਾਰਲੇ ਪਾਸੇ ਦੱਲਾ ਨਗਰ ਹੈ ਇਤੋਂ ਦੇ ਰਹਿਣ ਵਾਲੇ ਭਾਈ ਪਾਰੋ ਜੀ ਗੁਰੂ ਦੇ ਸਿੱਖ ਹੋਏ ਹਨ ਪਰਮੇਸ਼ਰ ਸੋ ਪ੍ਰੇਮ ਉਮਾਹੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੇਮ ਦਾ ਉਤਸ਼ਾਹ ਹੈ ਸਤਗੁਰ ਕੀ ਮਹਮਾ ਕੋ ਜਾਣਹਿ ਇਹ ਧੰਨ ਮੇਰੇ ਸਤਗੁਰੂ ਮਹਾਰਾਜ ਜੀ ਦੀ ਮੈਂ ਮੰਨੂ ਜਾਣਦਾ ਹੈ ਗੁਰਸਿੱਖ ਗੁਰਬਾਣੀ ਸੋ ਵਿਚਾਰਨ ਠਾਨ ਹੈ ਤੇ ਮੇਰੇ ਸਤਿਗੁਰੂ ਦੇ ਬਚਨਾਂ ਦੀ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਹੈ ਦਰਸ਼ਨ ਕੀ ਮਨ ਪਿਆਸ ਕਨੇਰੀ ਹਰ ਵੇਲੇ ਮਨ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਦੀ ਭਾਰੀ ਇੱਛਾ ਲੱਗੀ ਰਹਿੰਦੀ ਹੈ ਸਤਗੁਰ ਪਹਿ ਆਇਓ ਇੱਕ 베ਰੀ ਇੱਕ ਵਾਰ ਮੇਰੇ ਸਤਗੁਰਾਂ ਦੇ ਦਰਸ਼ਨਾਂ ਲਈ ਆਇਆ ਹੈ ਨਮਸਕਾਰ ਕਰ ਬੈਠਿਓ ਪਾਸ ਮੇਰੇ ਸਤਗੁਰੂ ਪਾਤਸ਼ਾਹ ਸਾਹਿਬਗੁਰੂ ਅਮਰਦਾਸ ਮਹਾਰਾਜ ਨੂੰ ਨਮਸਕਾਰ ਕਰਕੇ ਜਦੋਂ ਚਰਨਾਂ ਵਿੱਚ ਬੈਠਾ ਕੋਲ ਮਨ ਮਹਿ ਦੀਰਘ ਪ੍ਰੇਮ ਪ੍ਰਕਾਸ਼ ਇਹਦੇ ਹਿਰਦੇ ਵਿੱਚ ਬਹੁਤ ਵੱਡਾ ਪ੍ਰੇਮ ਪ੍ਰਗਟ ਹੈ ਸਤਿਗੁਰਾਂ ਦੇ ਚਰਨਾਂ ਨਾਲ ਅੰਤਰਜਾਮੀ ਗੁਰ ਨੇ ਜਨ ਅੰਤਰਜਾਮੀ ਸਤਿਗੁਰਾਂ ਨੇ ਹੁਣ ਗੁਰੂ ਦੀ ਸਮਰੱਥਾ ਤੇ ਇਹੋ ਹੀ ਆ ਨਾ ਮੇਰੇ ਸਤਿਗੁਰੂ ਜੀ ਸੋ ਅੰਦਰ ਦੀ ਬੁੱਝ ਲੈਂਦੇ ਅੰਤਰਜਾਮਤਾ ਦੇ ਨਾਲ ਜਾਣਦੇ ਆ ਸਤਿਗੁਰਾਂ ਪਰਮ ਹੰਸ ਤਿਸ ਨਾਮ ਬਖਾਨਾ ਇਸ ਦੀ ਆਤਮਕ ਉੱਚ ਅਵਸਥਾ ਨੂੰ ਵੇਖ ਕੇ ਗੁਰੂ ਦੇ ਨਾਲ ਡਾਢਾ ਪਿਆਰ ਜਾਣ ਕੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤਾ ਭਾਈ ਪਾਰੋ ਉਹ ਗੁਰੂ ਦਾ ਪਰਮਹੰਸ ਹੈ ਪੂਰਨ ਗਿਆਨ ਹਿਰਦੇ ਹੋਇ ਆਵਾ ਤੁਹਾਡੇ ਹਿਰਦੇ ਵਿੱਚ ਪੂਰਨ ਬ੍ਰह्म ਗਿਆਨ ਜੋ ਉਹ ਹੋ ਗਿਆ ਪ੍ਰਗਟ ਹੈ ਏਕ ਰੂਪ ਸਭ ਜਗ ਦੇਸ਼ਟਾਵਾ ਤੁਸੀਂ ਨੇ ਗੁਰੂ ਬਖਸ਼ਿਸ਼ ਦੇ ਨਾਲ ਸਾਰੇ ਜਗਤ ਨੂੰ ਇੱਕੋ ਹੀ ਰੂਪ ਦੇਖ ਲਿਆ ਭਾਵ ਕਿ ਸਾਰੇ ਹੀ ਸਰੀਰਾਂ ਵਿੱਚ ਤੁਸੀਂ ਇੱਕੋ ਇੱਕ ਜੋਤ ਪਰਮੇਸ਼ਵਰ ਦੀ ਤੱਕ ਲਈ ਹੈ ਪਰਮਹੰਸ ਸਤਿਗੁਰ ਕੇ ਕਹੇ ਹਨ ਮੇਰੇ ਗੁਰੂ ਸਾਹਿਬ ਨੇ ਬਚਨ ਕੀਤਾ ਤੂੰ ਸਾਡਾ ਪਰਮਹੰਸ ਹੈ ਗੁਰੂ ਦੇ ਬਚਨਾਂ ਕਰਕੇ ਬ੍ਰਹਮ ਸਰੂਪ ਆਪਨ ਸੁਖ ਲਹੇ ਇਹਨਾਂ ਨੇ ਜੋ ਆਪਣਾ ਬ੍ਰਹਮ ਸਰੂਪ ਹੈ ਉਹ ਸੁਖ ਸਰੂਪ ਨੂੰ ਲਹੇ ਜਾਣ ਲਿਆ ਹੈ ਗੁਰੂ ਬਖਸ਼ਿਸ਼ ਨਾਲ ਜੋਗ ਵਿਰਾਗ ਭਗਤ ਬਗਿਆਨ ਜੋ ਜੋਗ ਹੈ ਭਗਤੀ ਹੈ ਵੈਰਾਗ ਹੈ ਔਰ ਜਿਹੜਾ ਅਪਰੋਖ ਗਿਆਨ ਹੈ ਪੂਰਨ ਹੋਏ ਜਿਸਕੇ ਆਨ ਗੁਰੂ ਦਾ ਬਚਨ ਕਰਨ ਦੇ ਨਾਲ ਹੀ ਇਹ ਸਾਰੇ ਹੀ ਗੁਣ ਇਹਨਾਂ ਨੂੰ ਪ੍ਰਾਪਤ ਹੋ ਗਏ ਬ੍ਰਹਮ ਗਿਆਨ ਦੀ ਪ੍ਰਾਪਤੀ ਅਪਰੋਖ ਗਿਆਨ ਪਰਮੇਸ਼ਵਰ ਦਾ ਹੈ ਭਗਤ વૈਰਾਗ ਜੋਗ ਸਾਰਾ ਕੁਝ ਪ੍ਰਾਪਤ ਹੋ ਗਿਆ ਨਿੱਧ ਸਿੱਧ ਰਿੱਧ ਗੁਰ ਤੇ ਪਾਈ ਮੇਰੇ ਸਤਿਗੁਰਾਂ ਦੀ ਬਖਸ਼ਿਸ਼ ਹੋਈ ਰਿੱਧੀਆਂ ਸਿੱਧੀਆਂ ਨਿੱਧੀਆਂ ਜੜੀਆਂ ਨੇ ਨਮ ਨਿੱਧੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰਹਿ ਜੋ ਹਰ ਹਿਰਦੇ ਸਦਾ ਵਸਾਏ ਸਾਰੀਆਂ ਮੇਰੇ ਗੁਰੂ ਨੇ ਬਖਸ਼ ਦਿੱਤੀਆਂ ਹਨ ਆਵਤ ਹੈ ਸਤਿਗੁਰ ਸਰਨਾਈ ਇਸ ਪਰਕਾਰ ਸੋ ਆਣ ਕਰਕੇ ਗੁਰੂ ਸਾਹਿਬ ਨੂੰ ਇਹ ਸਿਰ ਨਵਾਉਂਦਾ ਹੈ ਕੁਲ ਆਚਾਰ ਕਰਤ ਵਿਵਹਾਰ ਆਪਣੇ ਘਰ ਜਾਂਦਾ ਤੇ ਆਪਣਾ ਜੋ ਕਾਰੋਬਾਰ ਹੈ ਉਹ ਵੀ ਕਰਦਾ ਹੈ ੁਰਮਹ ਗੁਰ ਚਰਨਨ ਕੋ ਧਾਰ ਤੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਦੇ ਚਾਨਣ ਦਾ ਪ੍ਰੇਮ ਧਾਰਿਆ ਹੋਇਆ ਇਸ ਨੇ ਜੋਗ ਭੋਗ ਦੋਨੋਂ ਕੋ ਪਾਏ ਹੁਣ ਗੁਰੂ ਦੀ ਬਖਸ਼ਿਸ਼ ਹੈ ਸਾਹਿਬ ਗੁਰੂ ਨਾਨਕ ਦੇ ਘਰ ਵਿੱਚ ਜੋਗ ਤੇ ਭੋਗ ਜਿਹਨੂੰ ਰਾਜ ਜੋਗ ਕਹਿੰਦਾ ਹੈ ਸੋ ਸੰਸਾਰ ਦੇ ਵਿਹਾਰ ਕਾਰਾਂ ਵਿੱਚ ਰਹਿ ਕਰਕੇ ਸੁੱਖ ਲੈਣਾ ਦੁਨੀਆਂ ਦਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਵਿੱਚ ਰੂਹ ਕਰਕੇ ਜੁੜੇ ਵੀ ਰਹਿਣਾ ਇਹ ਦੋਨੋਂ ਦਾਤਾ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਹਨ ਇਹ ਪ੍ਰਾਪਤ ਹਨ ਇਸ ਸਿੱਖ ਨੂੰ ਰਹਿ ਅਲੇਪ ਕਮਲ ਜਲ ਭਾਏ ਤੇ ਇਸ ਤਰੀਕੇ ਨਾਲ ਰਹਿੰਦੇ ਨੇ ਦੁਨੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਮਲ ਜਿਹੜਾ ਹੈ ਪਾਣੀ ਵਿੱਚ ਰਹਿੰਦਾ ਨਰਲੇਪ ਈਓ ਨਰਲੇਪ ਰਹਿੰਦੇ ਹਨ ਦੋਏ ਦਿਨ ਘਰ ਪੁਨ ਸਤਗੁਰ ਪਾਸ ਬਹੁਤਾ ਤੇ ਸਤਗੁਰਾਂ ਦੇ ਚਰਨਾਂ ਵਿੱਚ ਹੀ ਰਿਆ ਕਰਦੇ ਕਦੇ ਕਦੇ ਦੋਕ ਦਿਨ ਘਰ ਵਿੱਚ ਹੀ ਆਣ ਕਰਕੇ ਕਾਰੋਬਾਰ ਵੀ ਆਪਣਾ ਦੇਖ ਲੈਂਦੇ ਆਵਹਿ ਰਹੇ ਦਰਸ ਕੀ ਪਿਆਸ ਤੋ ਆਉਂਦਾ ਹੈ ਗੁਰੂ ਦੇ ਦਰਸ਼ਨ ਕਰਦਾ ਹੈ ਪਰ ਜਦੋਂ ਘਰ ਜਾਂਦਾ ਫਿਰ ਵੀ ਗੁਰੂ ਦੇ ਦਰਸ਼ਨਾਂ ਦੀ ਪਿਆਸਾ ਮਨ ਵਿੱਚ ਲੱਗੀ ਰਹਿੰਦੀ ਹੈ ਇੱਕ ਦਿਨ ਚੜਿਓ ਤਰੰਗਨ ਆਵੇ ਈਓ ਇਹੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆਇਆ ਕਰਦਾ ਇੱਕ ਦਿਨ ਆਪਣੀ ਘੋੜੀ ਤੇ ਸਵਾਰ ਹੋ ਕਰਕੇ ਸੋ ਇਸ ਪ੍ਰਕਾਰ ਇਹ ਆਪਣੇ ਡਲਨੇ ਨਗਰ ਤੋਂ ਆ ਰਿਹਾ ਸੀ ਮਹਾਂਪੁਰਖ ਦੱਸਿਆ ਕਰਦੇ ਸਨ ਗੁਰੂ ਦੀ ਬਖਸ਼ਿਸ਼ ਸੀ ਤੇ ਜਿਸ ਵੇਲੇ ਇਹਨਾਂ ਨੇ ਆਉਣਾ ਘੋੜੀ ਤੇ ਚੜ੍ਹ ਕੇ ਤੇ ਬਿਆਸਾ ਨਦੀ ਰਸਤਾ ਦੇ ਦਿਆ ਕਰਦੀ ਸੀ ਘੋੜੀ ਤੇ ਸਵਾਰ ਹੋ ਕਰਕੇ ਬਿਆਸ ਵਿੱਚੋਂ ਲੰਘ ਕੇ ਆਉਂਦੇ ਸਨ ਦਰਸ਼ਨ ਕਰਕੇ ਜਾਣਾ ਇਹ ਨਦੀ ਨੂੰ ਰਾਹ ਦੇ ਦਿਆ ਕਰਦੀ ਸੀ ਗੁਰੂ ਦੀ ਬਖਸ਼ਿਸ਼ ਦਾ ਸਦਕਾ ਨਹਿ ਅਵਨੀ ਪਰ ਪਾਇ ਟਕਾਵੈ ਹੁਣ ਇੱਕ ਦਿਨ ਘੋੜੀ ਤੇ ਆ ਰਹੇ ਨੇ ਹੁਣ ਘੋੜੀ ਇਸ ਤਰੀਕੇ ਨਾਲ ਆ ਰਹੀ ਹੈ ਕਿ ਜਿਸ ਤਰ੍ਹਾਂ ਦੇਖਣ ਵਾਲੇ ਨੂੰ ਤੱਕਦਾ ਵੀ ਇਹ ਧਰਤੀ ਤੇ ਪੈਰ ਨਹੀਂ ਲਾ ਰਹੀ ਹੈ ਗਤ ਬਿਹੰਗ ਕੀ ਬੜਵਾ ਚਾਲ ਹੈ ਘੋੜੀ ਇਉਂ ਚੱਲ ਰਹੀ ਹੈ ਜਿਸ ਨੇ ਕੋਈ ਪੰਛੀ ਉੱਡਿਆ ਜਾ ਰਿਹਾ ਹੋ ਇਹ ਧਰਤੀ ਤੇ ਚਰਨ ਲਾਉਂਦੀ ਨਹੀਂ ਹੈ ਕਰਾ maat ਕੇ ਸਹਤ ਵਿਸਾਲ ਹੈ ਹੁਣ ਇਹ ਬਹੁਤ ਵੱਡੀ ਮਾਲਕ ਸਤਗੁਰਾਂ ਦੀ ਬਖਸ਼ਿਸ਼ ਹੋਈ ਸ਼ਕਤੀ ਸੀ ਇਹ ਜਿਹੜੀ ਪ੍ਰਗਟ ਹੋਈ ਹੈ ਦਿੱਲੀ ਤੇ ਨਵਾਬ ਮਗ ਜਾਏ ਹੁਣ ਰਸਤੇ ਦੇ ਵਿੱਚ ਇੱਕ ਦਿੱਲੀ ਤੋਂ ਨਵਾਬ ਸੀ ਆਪਣੀ ਫੌਜ ਦੇ ਸਮੇਤ ਆਇਆ ਹੋਇਆ ਇੱਧਰ ਗਜਪਰ ਹਉਤ ਚੰਮੂ ਸਬਦਾਏ ਬਹੁਤ ਸਾਰੀ ਫੌਜ ਵੀ ਨਾਲ ਸੀ ਹਾਥੀ ਤੇ ਸਵਾਰ ਸੀ ਇਹ ਨਵਾਬ ਜਿਹੜਾ ਸੀ ਅਵਲੋਕਿਓ ਤਿੰਨ ਭਾਈ ਪਾਰੋ ਉਹਨੇ ਜਿਸ ਵੇਲੇ ਸਾਹਮਣੇ ਆਉਂਦੇ ਭਾਈ ਪਾਰੋ ਜੂ ਨੂੰ ਦੇਖਿਆ ਭਈ ਸਾਡੇ ਸਾਰੇ ਵਾਹਨ ਧਰਤੀ ਤੇ ਤੁਰਦੇ ਨੇ ਘੋੜਿਆਂ ਦੇ ਖੁਰ ਧਰਤੀ ਤੇ ਵੱਜਦੇ ਪਤਾ ਲੱਗਦਾ ਹੈ ਪਰ ਆ ਕੱਲਾ ਹੀ ਕੋਈ ਆ ਰਿਹਾ ਹੈ ਇਹਦੀ ਘੋੜੀ ਦਾ ਖੁਰ ਤਾਂ ਧਰਤੀ ਤੇ ਲੱਗਦਾ ਨਹੀਂ ਦਿਸਣ ਨੂੰ ਘੋੜੀ ਹੈ ਤੇ ਉੱਡਦੀ ਪੰਛੀ ਵਾਂਗ ਹੈ ਮਹਾ ਚਰਜ ਰਿਧੇ ਮ ਧਾਰੋ ਇਹ ਦੇਖ ਕਰਕੇ ਇਸ ਨਵਾਬ ਨੂੰ ਬੜਾ ਅਸ਼ਚਰਜ ਹੈਰਾਨ ਹੋਇਆ ਇਹ ਛਿਗਰ ਜਾਏ ਭਾਖਰੋ ਅਗਾਉ ਤੇ ਝਟ ਹੀ ਆਪਣੇ ਹਾਥੀ ਤੋਂ ਉਤਰ ਕੇ ਨ ਭਾਈ ਪਾਰੋ ਸਾਹਿਬ ਜੀ ਨੇ ਮੂਹਰੇ ਜਾ ਕੇ ਖੜ ਗਿਆ ਦਰਸ਼ਨ ਕੋ ਧਰ ਕੈ ਚਿਤ ਚਾਉ ਮਨ ਭਜ ਕੇ ਦਰਸ਼ਨਾਂ ਦਾ ਚਾਹ ਮਨ ਵਿੱਚ ਹੈ ਭਜ ਕਰਕੇ ਦਰਸ਼ਨਾਂ ਨਾਲ ਹੀ ਹੱਥ ਜੋੜ ਕੇ ਖੜਾ ਹੋਇਆ ਮੂਹਰੇ ਤਜ ਗਜ ਕੋ ਪਾਇਨ ਪਰ ਪਰਿਓ ਹਾਥੀ ਛੱਡ ਦਿੱਤਾ ਤੇ ਭਾਈ ਸਾਹਿਬ ਦੇ ਚਰਨ ਫੜ ਲੈ ਜਾ ਕੇ ਇਸ ਨੇ ਪਾਰੋ ਕਿਰਪਾ ਦਿஷ்ட ਨਿਹਰਿਓ ਭਾਈ ਪਾਰੋ ਜੀ ਨੇ ਇਹਦੀ ਸ਼ਰਧਾ ਜਾਣ ਕੇ ਕਿਰਪਾ ਭਰੀ ਮੇਰੇ ਨਾਲ ਤੱਕਿਆ ਮੇਰੇ ਸਤਿਗੁਰੂ ਜੀ ਗੁਰਸਿੱਖਾਂ ਨੂੰ ਵੀ ਦਾਤਾ ਬਖਸ਼ਦੇ ਹਨ ਅਦਿਕ ਹਿਰਦੇ ਤੇਹ ਪ੍ਰੇਮ ਪ੍ਰਕਾਸ਼ ਮੋਤ ਭਾਰੀ ਹਿਰਦੇ ਚ ਪ੍ਰੇਮ ਪ੍ਰਗਟ ਹੋਇਆ ਹੈ ਨਵਾਬ ਦਿਉ ਮਨ ਤੇ ਭਇਓ ਵਿਕਾਰ ਬਨਾਸਾ ਹੁਣ ਇਹ ਮੇਰੇ ਗੁਰਸਿੱਖ ਪਰਮਹੰਸ ਗੁਰੂ ਸਾਹਿਬ ਨੇ ਪਦਵੀ ਦਿੱਤੀ ਹੈ ਉਹ ਹੋ ਦਾ ਪ੍ਰਭਾਵ ਇਹ ਹੈ ਇਹ ਨਵਾਬ ਤੇ ਜਦੋਂ ਨਿਗਾਹ ਪਾਈ ਨਾ ਭਾਈ ਪਾਰੋ ਜੀ ਨੇ ਇਦੇ ਮਨ ਵਿੱਚ ਜੋ ਵਿਕਾਰ ਸੀ ਦੁਨੀਆ ਦੇ ਧੰਦੇ ਸੀ ਸਭ ਦੂਰ ਹੋ ਗਏ ਮਨ ਸ਼ੁੱਧ ਹੋ ਗਿਆ ਹੱਥ ਜੋੜ ਕੇ ਤਾਹੇ ਉਚਾਰਾ ਤੇ ਉਸਨੇ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ ਆਹ ਵਲੀ ਕਿਆ ਨਾਮ ਤੇਰਾ ਇਹ ਕਹਿੰਦਾ ਆਹ ਵਲੀ ਅੱਲਾ ਵਲੀ ਕਹਿੰਦਾ ਕਰਾਮਾਤਾਂ ਸ਼ਕਤੀਆਂ ਵਾਲਾ ਕਹਿੰਦੇ ਏ ਵਲੀ ਅੱਲਾ ਦੇ ਪਿਆਰੇ ਸੋ ਤੁਹਾਡਾ ਨਾਮ ਕੀ ਹੈ ਕੌਣ ਹੋ ਤੁਸੀਂ ਕਿਤ ਕੋ ਜਾਤ ਕਹਾਂ ਤੇ ਆਏ ਤੁਸੀਂ ਆਏ ਕਿੱਧਰੋਂ ਹੋ ਜੀ ਜਾ ਕਿੱਧਰ ਰਹੇ ਹੋ ਖਾਦਮ ਕੀਜੈ ਬਰਾ ਖੁਦਾਏ ਈਸ ਵਾਸਤੇ ਸੋ ਖੁਦਾ ਦਾ ਵਾਸਤਾ ਹੈ ਮੈਨੂੰ ਖਾਦਮ ਆਪਣਾ ਸੇਵਕ ਬਣਾ ਰੋ ਸੋ ਦੱਸਿਆ ਜਾਂਦਾ ਪੀ ਮੁਸਲਮਾਨ ਲੋਕ ਕਰਾਮਤ ਤੋਂ ਬਹੁਤ ਡਰਦੇ ਆ ਭਲੇ ਲੋਕ ਜਿਹੜੇ ਨੇ ਹੁਣ ਇਹ ਪ੍ਰਤੱਖ ਸਿੱਖ ਦੀ ਕਰਾਮਤ ਦੇਖ ਕਰਕੇ ਖੁਦਾ ਦਾ ਵਾਸਤਾ ਪਾਇਆ ਹੈ ਮੈਨੂੰ ਨਾ ਆਪਣਾ ਸੇਵ ਮੈਂ ਤੁਹਾਡਾ ਖਾਦਮ ਸੇਵਕ ਚੇਲਾ ਬਣਨਾ ਚਾਹੁੰਦਾ ਹਾਂ ਕਿਰਪਾ ਕਰੋ ਪਰ ਨਾਮ ਹਮਾਰੋ ਅਹ ਭਾਈ ਸਾਹਿਬ ਕਹਿੰਦੇ ਦੇਖੋ ਜੀ ਮੇਰਾ ਨਾਮ ਤੇ ਪਾਰੋ ਹੈ ਗੁਰਦਰਸ਼ਨ ਜਾਵਤ ਚਿਤ ਚਾਹ ਤੇ ਗੁਰੂ ਦੇ ਦਰਸ਼ਨਾਂ ਵਾਸਤੇ ਇੱਛਾ ਹੈ ਤੇ ਉਧਰ ਅਸੀਂ ਜਾ ਰਹੇ ਹਾਂ ਗੁਰੂ ਦਰਸ਼ਨ ਕਰਨ ਵਾਸਤੇ ਸੋਨ ਨਬਾਬ ਮਨ ਸਦਕ ਉਦਾਰਾ ਤੇ ਨਵਾਬ ਦੇਖੋ ਨਾ ਹੁਣ ਰੂਹਾਂ ਨੇ ਨਾ ਇਹ ਤਾਂ ਦੁਨੀਆਂ ਦੇ ਯਾਰੇ ਫਲਾਣਾ ਮੁਸਲਮਾਨ ਐ ਈਸਾਈ ਐ ਸਿੱਖ ਹਿੰਦੂ ਪਰ ਜਿਹੜਾ ਹੁਣ ਰੂਹ ਤੇ ਸਾਰਿਆਂ ਵਿੱਚ ਇੱਕੋ ਹੀ ਆ ਨਾ ਇਹਦੀ ਸ਼ਰਧਾ ਜਾਗ ਪਈ ਹੈ ਤੇ ਇਸ ਪ੍ਰਕਾਰ ਤੋਂ ਇਸ ਨੇ ਬੇਨਤੀ ਕੀਤੀ ਹੈ ਸੁਣ ਨਵਾਬ ਮਾਨਸਦਕ ਉਦਾਰ ਇਸ ਪ੍ਰਕਾਰ ਜਿਸ ਵੇਲੇ ਭਾਈ ਸਾਹਿਬ ਨੇ ਬਚਨ ਕੀਤੇ ਭੀ ਸਤਗੁਰਾਂ ਦੇ ਦਰਸ਼ਨਾਂ ਲਈ ਜਾ ਰਹੇ ਤਾਂ ਇਹਦੇ ਮਨ ਵਿੱਚ ਬੜਾ ਪਾਰੀ ਸੰਤਕ ਪੈਦਾ ਹੋਇਆ ਉਸ ਬੇਲੇ ਉਸਨੇ ਬੇਨਤੀ ਕੀਤੀ ਬੁੱਝਿਓ ਕਿ ਠਾਂ ਪੀਰ ਤੁਮਾਰਾ ਤੇ ਹੈਰਾਨ ਹੋਇਆ ਵੀ ਐਡੇ ਬਲੀ ਹੋ ਤੁਸੀਂ ਕਰਮਾਤਾਂ ਦੇ ਮਾਲਕ ਤੇ ਤੁਹਾਡਾ ਪੀਰ ਤਾਂ ਕਿੰਡਾ ਕਹੋਗਾ ਕਹਿੰਦੇ ਫਿਰ ਤੁਹਾਡਾ ਪੀਰ ਕਿੱਥੇ ਹੈ ਹਮ ਕੋ ਸੰਗ ਲਿਓ ਦਰਸਾਵੋ ਫਿਰ ਕਹਿੰਦੇ ਇਦਾਂ ਕਰੋ ਖੁਦਾ ਦੇ ਬੰਦੇ ਮੈਨੂੰ ਨਾਲ ਲੈ ਕਰਕੇ ਨਾ ਆਪਣੇ ਪੀਰ ਦੇ ਅਸੀਂ ਗੁਰੂ ਕਹਿੰਦੇ ਆ ਉਹ ਪੀਰ ਕਹਿੰਦੇ ਕਹਿੰਦੇ ਆਪਣੇ ਪੀਰ ਦੇ ਮੈਨੂੰ ਦਰਸ਼ਨ ਕਰਾਓ ਧੰਨ ਗੁਰੂ ਜਿਸ ਪੈ ਤੁਮ ਜਾਵੋ ਧੰਨੇ ਗੁਰੂ ਅਮਰਦਾਸ ਮਹਾਰਾਜ ਜਿਹਨਾਂ ਦੇ ਦਰਸ਼ਨਾਂ ਵਾਸਤੇ ਤੁਸੀਂ ਜਾ ਰਹੇ ਔਰ ਤੁਸੀਂ ਐਹੋ ਜੇ ਗੁਰੂ ਦੇ ਸਿੱਖੋ ਜਿਸ ਗੁਰੂ ਦੇ ਸਿੱਖ ਐਹੋ ਜੇ ਸਮਰਥ ਨੇ ਉਹ ਮੇਰਾ ਗੁਰੂ ਕਿ ਐਸਾ ਮਹਾਨ ਹੋਵੇਗਾ ਪਾਰੋ ਕਹਿਓ ਸੰਗ ਜੋ ਲਛਕਰ ਪਾਰੋ ਕਹਿਣ ਲੱਗਾ ਇਸ ਪ੍ਰਕਾਰ ਆ ਜਿਹੜੀ ਤੇਰੀ ਫੌਜ ਤੇਰੇ ਨਾਲ ਹੈ ਨਾ ਅਪਰਭੂਤ ਸਭ ਕੋ ਪਰਹਰ ਇੰਜ ਕਰ ਹੁਣ ਜੇ ਤੂੰ ਗੁਰੂ ਦਾ ਦਰਸ਼ਨ ਕਰਨਾ ਨਾ ਆ ਸਾਜੋ ਸਮਾਨ ਫੌਜਾਂ ਲਸ਼ਕਰ ਸਾਰਾ ਤਿਆਗ ਦੇ ਤੇ ਇਕੱਲਾ ਹੋ ਜਾ ਤਬ ਤੁਮ ਗਮਨੋ ਦਰਸ਼ਨ ਕਰੀਐ ਹਾਂ ਤੂੰ ਸਾਡੇ ਨਾਲ ਜਾ ਕਰਕੇ ਦਰਸ਼ਨ ਕਰ ਮਹਾਰਾਜ ਦੇ ਸਤਿਗੁਰ ਪਰਸਨ ਕੋ ਫਲ ਧਰੀਐ ਤੇ ਫਿਰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਪਰਸਨ ਦਰਸ਼ਨ ਨੂੰ ਛੋਣ ਦਾ ਫਲ ਤੂੰ ਧਾਰਨ ਕਰੇਗਾ ਪ੍ਰੇਮ ਨ ਬਾਬ ਕੀਨ ਤਿਸ ਕਾਲ ਉਸ ਵੇਲੇ ਭਾਰੀ ਪ੍ਰੇਮ ਕੀਤਾ ਭਾਈ ਭਾਰੂ ਜੀ ਦੇ ਬਚਨਾਂ ਦੇ ਨਾਲ ਉਸ ਨਵਾਬ ਨੇ ਫਿਰ ਇੰਜ ਕੀਤਾ ਉਸ ਵੇਲੇ ਸੁੱਤ ਕੋ ਸੌਪ ਸਮਾਜ ਬਸਾਲਾ ਆਪਣਾ ਪੁੱਤਰ ਜਵਾਨ ਨਾਲ ਸੀ ਉਹਨੂੰ ਸਾਜੋ ਸਮਾਨ ਤੇ ਨਵਾਬੀ ਸਭ ਕੁਝ ਸੰਭਾਲ ਦਿੱਤਾ ਵੀ ਹੁਣ ਤੂੰ ਸਾਰਾ ਕੁਝ ਸੰਭਾਲ ਲੈ ਇਹ ਖਿਦਮਤ ਪਾਤਸ਼ਾਹ ਕੀ ਕਰੋ ਕਹਿਣ ਲੱਗੇ ਤੂੰ ਤੇ ਹੁਣ ਪਰ ਇਦਾਂ ਕਰ ਪਾਦਸ਼ਾਹ ਦੀ ਖਿਦਮਤ ਉਹਦੀ ਸੇਵਾ ਕਰਿਆ ਕਰ ਹਮਰੋ ਖਿਆਲ ਨਹੀਂ ਔਰ ਧਰ ਤੇ ਹੁਣ ਇੰਜ ਕਰ ਮੇਰਾ ਨਹੀਂ ਖਿਆਲ ਕਰਨਾ ਹੋਣਾ ਇਸ ਵਾਸਤੇ ਮੈਨੂੰ ਖੁਦਾ ਮਿਲ ਗਿਆ ਹੈ ਖੁਦਾ ਦਾ ਰਾਹ ਮਿਲ ਗਿਆ ਹੁਣ ਮੈਂ ਖੁਦਾ ਦਾ ਬੰਦਾ ਹੋ ਗਿਆ ਹੁਣ ਇਹ ਤੂੰ ਪਾਤਸ਼ਾਹ ਦੀ ਖਿਦਮਤ ਕਰ ਤੇ ਸਾਜੋ ਸਮਾਨ ਸੰਭਸਾਰਾ ਹੁਣ ਮੇਰਾ ਫਿਕਰ ਨਾ ਕਰੀ ਨਾ ਮੇਰੀ ਆਸ ਰੱਖੀ ਸਤਕ ਸਭ ਵਿਦ ਤੈਨ ਸਮਝਾਯੋ ਆਪਣੇ ਪੁੱਤ ਨੂੰ ਸਾਰਾ ਤਰੀਕਾ ਨਵਾਬੀ ਦਾ ਸਮਝਾ ਦਿੱਤਾ ਹੈ ਪਾਰੋ ਸੰਗ ਆਪ ਚਲ ਆਇਓ ਤੇ ਭਾਈ ਪਾਰੋ ਜੀ ਦੇ ਨਾਲ ਤੁਰ ਪਿਆ ਕਹਿੰਦੇ ਚਲੋ ਫਿਰ ਕਰੀਏ ਗੁਰੂ ਦੇ ਦਰਸ਼ਨ ਸਾਧ ਸੰਗਤ ਹੈ ਨਾ ਮੇਰੇ ਗੁਰੂ ਦੀ ਸਮਰੱਥਾ ਐਵੇਂ ਤੇ ਨਹੀਂ ਇਸ ਪ੍ਰਕਾਰ ਜਹਾਂਗੀਰ ਤੜਫਦਾ ਕਹਿੰਦਾ ਮੇਰੇ ਵੱਡੇ ਵੱਡੇ ਨਵਾਬ ਮੁਸਲਮਾਨ ਜਿਹੜੇ ਨਾ ਉਹ ਵੀ ਜਾ ਕੇ ਗੁਰੂ ਦੇ ਸਿੱਖ ਬਣ ਜਾਂਦੇ ਕਹਿੰਦਾ ਮੈਨੂੰ ਦੁੱਖ ਹੈ ਇਸ ਵਾਸਤੇ ਮੇਰੇ ਸਤਿਗੁਰੂ ਦੀ ਬਰਕਤ ਹੈ ਇਹ ਸਤਿਗੁਰ ਕੋ ਬੰਦਨ ਕਰ ਬਾਸੇ ਇਸ ਪ੍ਰਕਾਰ ਜਾ ਕਰਕੇ ਭਾਈ ਪਾਰੋ ਜੀ ਨਾਲ ਲਿਆ ਹੈ ਇਸ ਨਵਾਬ ਨੂੰ ਗੁਰੂ ਸਾਹਿਬ ਨੂੰ ਜਾ ਕੇ ਨਮਸਕਾਰ ਕੀਤੀ ਤੇ ਬੈਠ ਗਏ ਪਾਸ ਸਤਿਗੁਰਾਂ ਦੇ ਪੈ ਪਰਸਨ ਦੇਖ ਕਰ ਤੈਸੇ ਜਦੋਂ ਸਤਿਗੁਰਾਂ ਦਾ ਦਰਸ਼ਨ ਕੀਤਾ ਬੜੀ ਖੁਸ਼ੀ ਹੋਈ ਨਵਾਬ ਨੂੰ ਵੀ ਭਾਈ ਪਾਰੋ ਜੀ ਨੂੰ ਤੇ ਹੈ ਹੀ ਸੀ ਪਾਰੋ ਧੰਨ ਧੰਨ ਉਪਕਾਰੀ ਤੇ ਮੇਰੇ ਗੁਰੂ ਅੰਤਰਜਾਮੀ ਕਹਿੰਦੇ ਭਾਈ ਪਾਰੋ ਤੂੰ ਤਨ ਹੈ ਤਨ ਹੈ ਭਾਈ ਪਰ ਬੜਾ ਪਰਉਪਕਾਰੀ ਹੈ ਤੂੰ ਤਰੋ ਆਪ ਅਪਰਨ ਦੇ ਤਾਰੀ ਆਪ ਵੀ ਤਰੋ ਤਰੋਗੇ ਤਰੇ ਹੀ ਹੋਏ ਹੋ ਤੇ ਹੋਰਨਾਂ ਨੂੰ ਵੀ ਹੁਣ ਤਾਰੋਗੇ ਤੁਸੀਂ ਬੋਲਣਾ ਮਿਲਣਾ ਸੰਤ ਸੋ ਨੀਕਾ ਇਸ ਪ੍ਰਕਾਰ ਕਹਿੰਦੇ ਨੇ ਇਸ ਪ੍ਰਕਾਰ ਜਿਹੜਾ ਨਾ ਸੰਤਾਂ ਦੇ ਨਾਲ ਬੋਲਣਾ ਤੇ ਮਿਲਣਾ ਹੈ ਇਹ ਬੜਾ ਚੰਗਾ ਹੁੰਦਾ ਹੈ ਤਾਤਕਾਲ ਕਟ ਸੰਕਟ ਜੀਕਾ ਕਿਉਂਕਿ ਸੰਤਾਂ ਨੂੰ ਮਿਲੀਏ ਨਾ ਤੇ ਜੀ ਦਾ ਸੰਕਟ ਝਟ ਕਟਿਆ ਜਾਂਦਾ ਹੈ ਇਹ ਹੁਣ ਭਾਈ ਪਾਰੋ ਜੀ ਗੁਰੂ ਦੇ ਸਿੱਖ ਸੰਤ ਨੇ ਨਵਾਬ ਨਾਲ ਮਿਲਿਆ ਤੇ ਮੇਰੇ ਸਤਿਗੁਰੂ ਜੀ ਬਚਨ ਕਰ ਰਹੇ ਹਨ ਪਾਰੋ ਨੇ ਸਭ ਕਹਿਓ ਪ੍ਰਸੰਗ ਭਾਈ ਪਾਰੋ ਜੀ ਨੇ ਇਹ ਸਾਰਾ ਪ੍ਰਸੰਗ ਬੇਨਤੀ ਕਰ ਦਿੱਤੀ ਜ ਜਿੱਦਾਂ ਨਵਾਬ ਨਾਲ ਆਇਆ ਦੇਖ ਕੇ ਜਿਸ ਪ੍ਰਕਾਰ ਆਨਿਓ ਸੋ ਸੰਗ ਜਿਸ ਤਰੀਕੇ ਨਾਲ ਨਾਲ ਲਿਆਂਦਾ ਦੱਸ ਦਿੱਤਾ ਮਹਾਰਾਜ ਨਵਾਬ ਫੌਜਾਂ ਦੇ ਸਹਿਤ ਜਾ ਰਿਹਾ ਅਸੀਂ ਇਸਨੇ ਮੈਨੂੰ ਬੇਨਤੀ ਕੀਤੀ ਆ ਖੁਦਾ ਦੇ ਵਾਸਤੇ ਮੈਨੂੰ ਆਪਣਾ ਖਾਦਮ ਬਣਾਓ ਤੇ ਮੈਂ ਬੇਨਤੀ ਕੀਤੀ ਮੈਂ ਤੇ ਗੁਰੂ ਦੇ ਚਰਨਾਂ 'ਚ ਜਾ ਰਿਹਾ ਹਾਂ ਮੈਂ ਤੇ ਗੁਰੂ ਦਾ ਸਿੱਖ ਹਾਂ ਇਹਦੀ ਭਾਵਨਾ ਜਾਗੀ ਆ ਵੀ ਗੁਰੂ ਦੇ ਮੈਨੂੰ ਆਪਣੇ ਪੀਰ ਦੇ ਦਰਸ਼ਨ ਕਰਾਓ ਇਉਂ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ ਸੁਨੋ ਸ੍ਰੀ ਅਮਰ ਕਰੀ ਤਬ ਕਰਨਾ ਹਨ ਮੇਰੇ ਗੁਰੂ ਅਮਰਦਾਸ ਜੀ ਨੇ ਫਿਰ ਕਿਰਪਾ ਕੀਤੀ ਆ ਬਖਸ਼ਿਸ਼ ਕੀਤੀ ਉਸ ਵੇਲੇ ਹਰਿਓ ਤਿਸੀ ਕੋ ਜਨਮ ਅਰ ਮਰਨ ਐਸੀ ਮਿਹਰ ਦੀ ਨਿਗਾਹ ਕੀਤੀ ਕੋਈ ਪੁਰਬਲਾ ਤਾਪੀ ਸੀ ਨਾ ਇਸ ਦਾ ਮਾਸ ਗੁਰੂ ਨਾਲ ਸੰਜੋਗ ਬਣਨਾ ਮੇਰੇ ਸਤਿਗੁਰੂ ਦੇ ਜਨਮ ਮਰਨ ਦਾ ਸੰਕਟ ਹੀ ਇਹਦਾ ਕੱਟ ਦਿੱਤਾ ਐਸੀ ਮਿਹਰ ਦੀ ਦ੍ਰਿਸ਼ਟੀ ਪਾਈ ਹੈ ਇਹ ਹੈ ਮੇਰੇ ਗੁਰੂ ਦੀ ਗੁਰਿਆਈ ਹੁਣ ਭਾਵੇਂ ਗੁਰੂ ਦੇ ਸਹਬਜਾਤੇ ਦਾਸੂ ਦਾਤੂ ਹੁਣੀ ਨੇ ਬਾਬਾ ਸ੍ਰੀ ਚੰਦ ਲਖਮੀ ਦਾਸ ਗੁਰੂ ਦੇ ਸਹਬਜਾਦੇ ਹਨ ਸਿੱਧੀਆਂ ਰਿੱਧੀਆਂ ਤੇ ਹੋ ਸਕਦੀਆਂ ਹਨ ਪਰ ਉਹ ਜਿਹੜੀ ਗੁਰੂ ਦੀ ਕਿਰਪਾ ਦ੍ਰਿਸ਼ਟੀ ਆ ਉਹ ਨਹੀਂ ਇਹਨਾਂ ਨਿਕੋਲ ਹੈ ਉਹ ਮੇਰੇ ਗੁਰੂ ਕੋਲ ਹੀ ਹੈ ਸਤਗੁਰ ਕੀ ਔਰ ਪ੍ਰੀਤ ਪਰਹੀ ਹੈ ਭਾਈ ਬੜੀ ਭਾਰੀ ਸਤਗੁਰਾਂ ਦੀ ਪ੍ਰੀਤ ਪ੍ਰੇਮ ਹਿਰਦੇ ਵਿੱਚ ਜਿਹੜਾ ਧਰਿਆ ਹੋਇਆ ਹੈ ਮਨ ਵਿਕਾਰ ਕੀ ਪੀਰ ਹਰੀ ਹੈ ਤੋ ਜਿਹੜੇ ਮਨ ਵਿੱਚ ਵਿਕਾਰ ਨੇ ਜਦੋਂ ਤੱਕ ਆ ਸੰਸਾਰ ਹੈ ਸੰਸਾਰ ਦੇ ਪਦਾਰਥ ਨੇ ਜਦੋਂ ਤੱਕ ਸਾਡੇ ਅੰਦਰ ਇਹਨਾਂ ਦੀ ਖਿੱਚ ਹੈ ਉਦੋਂ ਤੱਕ ਹੀ ਹੈ ਇਹ ਇਹਨਾਂ ਦੀ ਹੋਣਦ ਤੇ ਅੰਦਰੋਂ ਖੇਚ ਮੁੱਕ ਜਾਏ ਤੇ ਫਿਰ ਇਹਨਾਂ ਵਾਸਤੇ ਜੈ ਪਦਾਰਥ ਚਾਹੀਏ ਪੱਥਰ ਫਿਰ ਕੁਝ ਵੀ ਨਹੀਂ ਤਾਂ ਹੀ ਕਹੈ ਨਾ ਸੋ ਤੇ ਐਸਾ ਸਾਨੂੰ ਤੇ ਐਸੀ ਉਸ ਮਾਟੀ ਉਹ ਅਵਸਥਾ ਬਣ ਜਾਂਦੀ ਐ ਭਇਓ ਨਿਹਾਲ ਨਵਾਬ ਕ ਹਨੇਰਾ ਭਾਈ ਨਵਾਬ ਭਾਗਾ ਹੀ ਵਾਲਾ ਸੀ ਮੇਰੇ ਸਤਿਗੁਰੂ ਦੀ ਕਿਰਪਾ ਹੋਈ ਦਰਸ਼ਨ ਕਰਦੇ ਆ ਸਾਰੀ ਇਹ ਨਿਹਾਲ ਹੋ ਗਿਆ ਹੈ ਕੀਤਕ ਦਿਨ ਗੁਰ ਨਿਕਟ ਬਸੇਰਾ ਕਿੰਨੇ ਕ ਦਿਨ ਤਾਂ ਫਿਰ ਮੇਰੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕਰਕੇ satsang ਕੀਤਾ ਦਰਸ਼ਨ ਕੀਤੇ ਬਚਨ ਸੁਣੇ ਸੇਵਾ ਕੀਤੀ ਮਹਾਰਾਜ ਦੀ ਸੰਗਤ ਦੀ ਸੰਤ ਸੰਗ ਸਮਪਾਰਸ਼ ਛੋਹਯੋ ਤੇ ਇਉਂ ਸਮਝੋ ਕਹਿੰਦੇ ਜਿਸ ਤਰੀਕੇ ਦੇ ਨਾਲ ਸੋ ਨੋਹਾ ਪਾਰਸ਼ ਨੂੰ ਛੋਹ ਜਾਵੇ ਇਵੇਂ ਹੀ ਜਿਹਦਾ ਹਿਰਦਾ ਸੰਤਾਂ ਨੂੰ ਝੋ ਜਾਵੇ ਪੁੱਤੋ ਮਨੂਰ ਸੋ ਕੰਚਨ ਭਇਓ ਤੋ ਜਿਸ ਤਰ੍ਹਾਂ ਹੱਲੇ ਪਾਰਸ ਜਿਹੜਾ ਲੋਹੇ ਨੂੰ ਸੋਨਾ ਤੇ ਬਣਾ ਦੂ ਪਰ ਲੋਹੇ ਦੀ ਸੜੇ ਹੋਏ ਲੋਹੇ ਦੀ ਮੈਲ ਜਿਹਨੂੰ ਆਪਣਾ ਸੋ ਆਇਰਨ ਆਕਸਾਈਡ ਕਹਿੰਦਾ ਹੈ ਲੋਹੇ ਦਾ ਜੰਗਾਲ ਮੈਲ ਉਹਨੂੰ ਨਹੀਂ ਸੋਨਾ ਬਣਾ ਸਕਦਾ ਪਰ ਮੇਰੇ ਸਤਿਗੁਰੂ ਪਾਤਸ਼ਾਹ ਏਡੇ ਸਮਰੱਥ ਹਨ ਬਖਸ਼ਿਸ਼ ਕੀਤੀ ਹੈ ਤੋ ਕਹਿੰਦੇ ਸੀ ਤਾਂ ਸੜੇ ਹੋਏ ਲੋਹੇ ਵਰਗਾ ਜੀਵਨ ਮਹਾਰਾਜ ਨੇ ਪਾਰਸ ਸੋਨਾ ਬਣਾ ਦਿੱਤਾ ਕਰਮ ਆਨੰਦ ਪਾਏ ਕਰ ਭਲ ਤੋ ਭਲੀ ਪ੍ਰਕਾਰ ਪਰਮ ਆਨੰਦ ਦੀ ਪ੍ਰਾਪਤੀ ਇਹਨੇ ਪ੍ਰਾਪਤ ਕੀਤੀ ਨਵਾਬ ਨੇ ਵਿਦਾ ਹੋਏ ਪਾਰੋ ਸੰਗ ਚੱਲੋ ਫਿਰ ਸਤਿਗੁਰਾਂ ਤੋਂ ਜਦੋਂ ਆਗਿਆ ਲਈ ਤੇ ਫਿਰ ਇਹ ਭਾਈ ਪਾਰੋ ਜੀ ਦੇ ਨਾਲ ਪੱਲਾ ਫੜ ਲਿਆ ਭਾਈ ਪਾਰੋ ਜੀ ਮੈਨੂੰ ਤੁਸੀਂ ਬੇੜਾ ਪਾਰ ਲਾਇਆ ਹੁਣ ਤੁਹਾਡਾ ਹੀ ਪੱਲਾ ਫੜੀ ਰੱਖੂਗਾ ਭਾਈ ਪਾਰੋ ਜੀ ਦੇ ਨਾਲ ਹੀ ਫਿਰ ਡੱਲੇ ਆ ਗਿਆ ਡੱਲੇ ਗ੍ਰਾਮ ਨਾਮ ਇੱਕ ਲਾਲੂ ਇੱਥੇ ਹੁਣ ਇਹ ਤਾਂ ਅਸੀਂ ਨਵਾਬ ਦੀ ਗੱਲ ਤੇ ਗੁਰੂ ਦਾ ਸਿੱਖ ਬਣ ਕੇ ਬ੍ਰਹਮ ਗਿਆਨੀ ਹੋ ਕੇ ਭਾਈ ਪਾਰੋ ਦੇ ਨਾਲ ਹੀ ਆ ਗਿਆ ਕਹਿੰਦੇ ਹੁਣ ਏਸੇ ਡੱਲੇ ਦੇ ਵਿੱਚ ਇੱਕ ਭਾਈ ਲਾਲੂ ਜਾਂ ਭਾਈ ਲਾਲੂ ਉਹਦਾ ਨਾਮ ਇਹ ਦੋਨੋਂ ਹੀ ਨਾਮ ਆਏ ਨੇ ਭਾਈ ਗੁਰਦਾਸ ਸਾਹਿਬ ਨੇ ਇਸ ਪ੍ਰਕਾਰ ਲਾਲੂ ਹੀ ਲਿਖਿਆ ਹੈ ਤੋ ਕਹਿੰਦੇ ਇੱਥੇ ਰਹਿੰਦਾ ਸੀ ਇਹ ਭਾਈ ਲਾਲੂ ਜਿਹੜਾ ਸੀ ਲਾਲੂ ਪ੍ਰੇਮੀ 파ਰੋ ਸੰਗ ਬਸਾਲੂ ਇਹ ਇਸ ਪ੍ਰਕਾਰ ਭਾਈ 파ਰੋ ਜੀ ਦਾ ਪ੍ਰੇਮੀ ਸੀ ਭਾਵ ਹੈ ਕਿ ਗੁਰਸਿੱਖ ਦੀ ਸੰਗਤ ਮੰਨ ਤਰੇ ਤਰੇ ਗੁਰਸਿੱਖ ਤੋ ਗੁਰਸਿੱਖ ਵੀ ਤਾਰ ਦਿੰਦਾ ਹੈ ਗੁਰੂ ਪਾਤਸ਼ਾਹ ਜੀ ਦੀ ਇਹ ਦਾਤ ਬਖਸ਼ੀ ਹੋਈ ਹੈ ਇਸ ਤਿੱਕੇ ਦੇ ਨਾਲ ਭਾਈ ਪਾਰੋ ਜੀ ਦੀ ਸੰਗਤ ਕਰਿਆ ਕਰਦਾ ਸੀ ਇਹ ਭਾਈ ਲਾਲੂ ਜਿਹੜਾ ਸੀ ਸਤਗੁਰ ਜਾਪ ਜਪੇ ਦਿਨ ਰਾਤ ਦਿਨੇ ਰਾਤ ਇਹ ਸਤਗੁਰੂ ਮਹਾਰਾਜ ਦਾ ਜਾਪ ਜਪਦਾ ਹੁੰਦਾ ਸੀ ਹਰੇ ਵਿਕਾਰਨ ਤੇ ਮਨ ਚੈਨ ਇਹਦਾ ਮਨ ਸ਼ਾਂਤ ਸੀ ਸਿਮਰਨ ਕਰਨੇ ਕਰਕੇ ਵਿਕਾਰਾਂ ਤੋਂ ਇਹਦੀ ਅਵਸਥਾ ਉੱਚੀ ਹੋਈ ਹੋਈ ਸੀ ਪਰੋ ਇੱਕ ਦਿਨ ਆਵਨ ਲੱਗ ਇੱਕ ਦਿਨ ਭਾਈ ਪਾਰੋ ਜੀ ਜਦੋਂ ਆਉਣ ਲੱਗੇ ਗੁਰੂ ਚਰਨਾਂ ਵਿੱਚ ਗੁਰਦਰਸ਼ਨ ਕੋ ਮਨ ਅਨਰਾਗਾ ਸਾਬ ਸਤਗੁਰਾਂ ਦੇ ਦਰਸ਼ਨਾਂ ਦਾ ਪ੍ਰੇਮੀ ਹੋਇਆ ਪ੍ਰੀਤ ਡੋਰ ਨਾਲ ਖਿੱਚਿਆ ਹੋਇਆ ਭਾਈ ਪਾਰੋ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਲੱਗਾ ਜਦੋਂ ਕਹਿ ਲਾਲੋ ਗੁਰਕੇ ਢਿਗ ਜਾਵੋ ਤੋ ਭਾਈ ਲਾਲੋ ਜੀ ਨੇ ਕਿਹਾ ਤੁਸੀਂ ਗੁਰੂ ਸਾਹਿਬ ਦੇ ਕੋਲ ਜਾ ਰਹੇ ਹੋ ਮੋਕੋ ਪੀ ਦਰਸ਼ਨ ਕਰਵਾਵੋ ਕਹਿੰਦੇ ਮੇਰੇ ਤੇ ਵੀ ਕਿਰਪਾ ਕਰੋ ਸੋ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ ਮੈਨੂੰ ਵੀ ਤਉਪ ਕਰਨਾ ਤੇ ਭਵ ਕੋ ਤਰਾਂ ਤੁਹਾਡੀ ਕਿਰਪਾ ਹੋ ਜੇ ਤੇ ਮੈਂ ਵੀ ਭਵ ਸਾਗਰ ਤੋਂ ਤਰ ਜਾਵਾਂ ਇਹ ਮੇਰੇ ਤੇ ਕਿਰਪਾ ਕਰੋ ਜਨਮ ਮਰਨ ਤੇ ਮਨ ਮਹਿ ਡਰਾਂ ਬਸ ਜਨਮ ਮਰਨ ਦਾ ਡਰ ਹੈ ਮਨ ਦੇ ਵਿੱਚ ਤੇ ਇਹ ਗੁਰੂ ਦੀ ਕਿਰਪਾ ਹੋ ਜੇ ਤੇ ਇਹ ਡਰ ਮੇਰਾ ਲੱਥ ਜਾਵੇ ਸ਼ਰਨ ਪਰਿਓ ਗੁਰ ਕੀ ਅਬਚਾਹੋਂ ਮੈਂ ਹੁਣ ਵੈਸੇ ਤੇ ਸਤਿਗੁਰਾਂ ਦਾ ਬਖਸ਼ਿਆ ਹੋਇ ਨਾਮ ਹੀ ਸਿਮਰਦਾ ਜੋ ਤੁਹਾਡੀ ਸੰਗਤ ਵਿੱਚੋਂ ਪ੍ਰਾਪਤ ਕੀਤਾ ਪਰ ਕਹਿੰਦੇ ਹੁਣ ਮੈਂ ਸਤਿਗੁਰਾਂ ਦੇ ਦਰਸ਼ਨ ਕਰਕੇ ਬਖਸ਼ਾਉਣਾ ਚਾਹੁੰਦਾ ਆਪਣੇ ਆਪ ਨੂੰ ਹ੍ਰਦੇਸ ਦੇਹਨ ਸਭ ਕੋ ਦਾਹੋਂ ਤੇ ਮੈਂ ਚਾਹੁੰਦਾ ਹਾਂ ਕਿ ਜਿੰਨਾ ਵੀ ਮੇਰੇ ਹਿਰਦੇ ਵਿੱਚ ਸੰਦੇਹ ਸ਼ੰਕੇ ਨੇ ਨਾ ਉਹ ਸਾਰੇ ਦੂਰ ਹੋ ਜਾਣ ਸੜ ਜਾਣ ਮਨ ਵਿੱਚੋਂ ਤੇ ਮਨ ਸ਼ੁੱਧ ਹੋ ਜਾਏ ਗੁਰੂ ਦੇ ਦਰਸ਼ਨਾਂ ਕਰਕੇ ਸਿੱਖ ਗੁਰਮੁਖ ਹੋਵਤ ਉਪਕਾਰੀ ਤੇ ਬੇਨਤੀ ਕਰਦਾ ਹੈ ਭਾਈ ਗੁਰੂ ਦੇ ਸਿੱਖ ਗੁਰਮੁਖ ਹੁੰਦੇ ਨਹੀਂ ਗੁਰੂ ਦੇ ਸਨਮੁਖ ਤੇ ਜਿਹੜੇ ਗੁਰੂ ਦੇ ਗੁਰਮੁਖ ਸਿੱਖ ਨੇ ਇਹ ਪਰਉਪਕਾਰੀ ਹੁੰਦੇ ਨੇ ਪਰਉਪਕਾਰ ਕਰਦੇ ਹਨ ਤਉ ਪਰ ਸਤਗੁਰ ਕਰਣਾ ਧਾਰੀ ਤੇ ਭਾਈ ਪਾਰੋ ਜੀ ਤੇਰੇ ਤੇ ਗੁਰੂ ਨੇ ਕੀਤੀ ਹੋਈਆ ਕਿਰਪਾ ਹੈ ਇਸ ਵਾਸਤੇ ਸੋ ਤੂੰ ਮੇਰ ਘਰ ਗੁਰਮੁਖ ਪਰਮੇਰੇ ਤੇ ਪਰਵਕਾਰ ਕਰ ਤੂੰ ਵਧਿਓ ਪ੍ਰੇਮ ਲਾਲੂ ਕਹੋ ਪਲਮ ਤੋ ਭਾਈ ਲਾਲੋ ਜੀ ਦਾ ਪ੍ਰੇਮ ਵਧ ਗਿਆ ਗੁਰੂ ਦੇ ਦਰਸ਼ਨਾਂ ਵਾਸਤੇ ਪੁਲਕਿਓ ਤਨ ਅਲੋਚਨ ਜਲ ਗਲਮ ਇਸ ਪਰਕਾਰ ਜਦੋਂ ਪ੍ਰੇਮ ਜਾਗਿਆ ਹੈ ਸਰੀਰ ਦੇ ਰੌਂਕਟੇ ਖੜੇ ਹੋ ਗਏ ਨੇ ਨੇਤਰਾ ਵਿੱਚ ਅੰਸੂ ਆ ਗਏ ਨੇ ਤੇ ਗਲਾਂ ਗਦਗਦ ਹੋ ਕੇ ਰੁਕ ਗਿਆ ਹੁਣ ਬਚਨ ਨਹੀਂ ਹੁੰਦਾ ਹੈ ਐਸਾ ਪਿਆਰ ਛਾਇਆ ਮਨ ਵਿੱਚ ਚਰਨ ਬੰਦਨਾ ਕਰਹਿ ਆਗਾਰੀ ਤੇ ਭਾਈ ਪਾਰੋ ਜੀ ਦੇ ਚਰਨਾਂ ਤੇ ਨਮਸਕਾਰਾਂ ਕਰੀ ਜਾਂਦਾ ਵੀ ਮੈਨੂੰ ਇੱਦਾਂ ਕਿਰਪਾ ਕਰ ਗੁਰੂ ਨਾਲ ਮਿਲਾ ਦੇ ਇੱਕ ਵਾਰਾਂ ਭਇਓ atheer ਦਰਸ਼ਕੋ ਭਾਰੀ ਕਿਉਂਕਿ ਮਹਾਰਾਜ ਦੇ ਦਰਸ਼ਕ ਭਾਰੀ ਹੀ ਧੀਰਜ ਤੋਂ ਰਹਿਤ ਮੈਂ ਅਧੀਨ ਹੋ ਰਿਹਾ ਪਾਰੋ ਨੇ ਲਾਲੂ ਸੰਗ ਲੀਨੋ ਭਾਈ ਪਾਰੋ ਜੀ ਕਹਿੰਦੇ ਭਾਈ ਠੀਕ ਹੈ ਇਹ ਤੇਰੇ ਮਨ ਵਿੱਚ ਗੁਰੂ ਵਾਸਤੇ ਇਤਨਾ ਪਿਆਰ ਸ਼ਰਧਾ ਹੈ ਤੇ ਚਲੋ ਭਾਈ ਨਾਲ ਚੱਲ ਤੂੰ ਵੀ ਤੇ ਹੁਣ ਇਹ ਜਿਹੜਾ ਨਵਾਬ ਬਣਿਆ ਸੀ ਗੁਰੂ ਦਾ ਬ੍ਰਹਮ ਗਿਆਨੀ ਸਿੱਖ ਹੁਣ ਇਹ ਦੀ ਗੱਲ ਤਾਂ ਸਾਰੇ ਪਤਾ ਲੱਗ ਗਈ ਜਾਂਦੀ ਨੇ ਪਿੰਡ 'ਚ ਭਾਈ 파ਰੋ ਜੀ ਦੇ ਭਾਈ ਨਾਲ ਜਾ ਕੇ ਦਰਸ਼ਨ ਕੀਤਾ ਸਤਿਗੁਰਾਂ ਦਾ ਭਾਈ ਮੁਸਲਮਾਨ ਨਵਾਬ ਵੀ ਗੁਰੂ ਦਾ ਸਿੱਖ ਬ੍ਰਹਮ ਗਿਆਨੀ ਹੋ ਗਿਆ ਜਨਮ ਮਨ ਤੋਂ ਰਹਿਤ ਹੋ ਗਿਆ ਇਉਂ ਜਾਣ ਕੇ ਤੇ ਭਾਈ ਲਾਲੋ ਦੇ ਮਨ 'ਚ ਚਾਹ ਚੜਿਆ ਕੇ ਭਾਈ ਪਾਰੋ ਜੀ ਨੂੰ ਬੇਨਤੀ ਕਰਾਂ ਵੀ ਮੇਰੇ ਤੇ ਵੀ ਕਿਰਪਾ ਹੋ ਜਾਵੇ ਗੋਇੰਦਵਾਲ ਚੱਲਨ ਕੋ ਕੀਨੋ ਤੇ ਨਾਲ ਲੈ ਕਰਕੇ ਗੋਇੰਦਵਾਲ ਸਾਹਿਬ ਨੂੰ ਚੱਲ ਪਏ ਹਨ ਭਾਈ ਰੱਪਾਰੋ ਜੀ ਗੁਰਦਰਬਾਰ ਜਾਏ ਰਜ ਲਾਈ ਤੇ ਜਾ ਕੇ ਸਤਗੁਰਾਂ ਦੇ ਦਰਬਾਰ ਵਿੱਚ ਸੋ ਧੂੜ ਜੜੀ ਆ ਮੱਥੇ ਨੂੰ ਲਾਈ ਹੈ ਮਸਤਕ ਮੁਖ ਸਗਰੇ ਤਨ ਮਾਹੀ ਤੋ ਆਪਣੇ ਮੱਥੇ ਤੇ ਮੁਖ ਤੇ ਸਰੀਰ ਦੇ ਉੱਤੇ ਧੂਣੀ ਪਰਸੀ ਹੈ ਸਾਰੇ ਹੀ ਪੁੰਨ ਲੰਗਰਮ ਕਰਿਓ ਆਹਾਰਾ ਏਰ ਗੁਰੂ ਦਾ ਬਚਨ ਸੀ ਗੁਰਦੇ ਲੰਗਰ ਵਿੱਚ ਜਾ ਕੇ ਭੋਜਨ ਛਕਿਆ ਭਇਓ ਪਨੀਤ ਪਰਮ ਸੁਖ ਧਾਰਾ ਤੇ ਪਵਿੱਤਰ ਹੋ ਗਿਆ ਮਹਾਨ ਸੁਖੀ ਹੋਇਆ ਮਨ ਇਸ ਦਾ ਇਹ ਕੁਛ ਕਰਕੇ ਅੰਤਰ ਜਾਏ ਗੁਰੂ ਕੋ 헤ਰਾ ਫਿਰ ਅੰਦਰ ਗਏ ਜਾ ਕੇ ਸਤਗੁਰਾਂ ਦਾ ਦਰਸ਼ਨ ਕੀਤਾ ਹੈ ਪਦ ਅਰਬਿੰਦ ਬੰਦ ਤਿਸ ਬੇਰਾ ਸਤਗੁਰਾਂ ਦੇ ਕਮਲਾਂ ਵਰਗੇ ਸੁੰਦਰ ਸੁੰਦਰ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ ਹੈ ਮੋਟ ਅਲੋਚਨ ਤੇ ਅੰਮ੍ਰਿਤ ਰੂਪ ਤਾਂ ਮੇਰੇ ਸਤਗੁਰੂ ਪਾਤਸ਼ਾਹ ਜੀ ਦਾ ਰੂਪ ਅੰਮ੍ਰਿਤ ਰੂਪ ਹੈ ਇਸ ਪ੍ਰਕਾਰ ਲੋਚਨ ਰੂਪ ਭਾਵ ਅੱਖਾਂ ਰੂਪ ਦੂਨੀਆਂ ਦੇ ਨਾਲ ਅੰਮ੍ਰਿਤ ਪੀ ਰਿਹਾ ਦਰਸ਼ਨਾਂ ਰੂਪ ਗੁਰੂ ਸਾਹਿਬ ਦਾ ਪਾਨ ਕਰਤ ਤ੍ਰਿਪਤੈ ਨ ਅਨੂਪ ਨੇਤਰ ਗੁਰੂ ਦੇ ਦਰਸ਼ਨਾਂ ਵਿੱਚ ਲਾਏ ਹੋਏ ਨੇ ਗੁਰੂ ਸਾਹਿਬ ਜੀ ਦੇ ਸੋ ਅੰਮ੍ਰਿਤ ਰੂਪ ਦਰਸ਼ਨਾਂ ਰੂਪ ਅੰਮ੍ਰਿਤ ਨੂੰ ਨੇਤਰਾਂ ਦੇ ਦੂਨੀਆਂ ਨਾਲ ਪੀਂਦਾ ਰਜਦਾ ਨਹੀਂ ਨੇਤਰ ਸਾਧਗੁਰੂ ਦੇ ਦਰਸ਼ਨ ਵਿੱਚ ਲਾਏ ਹੋਏ ਨੇ ਇਸ ਨੇ ਬੋਲੇ ਸਹਿਜ ਸੁਭਾਏ ਕਿਰਪਾਲੂ ਧਨ ਕਿਰਪਾਲੂ ਅੰਤਰ ਜਾਮੀ ਗੁਰੂ ਅਮਰਦਾਸ ਮਹਾਰਾਜ ਸੋ ਇਹ ਐਸੀ ਦਸ਼ਾ ਤੱਕ ਕਰਕੇ ਬਚਨ ਕੀਤਾ ਕਹਿੰਦੇ ਹਨ ਹੱਤ ਹਰ ਰੰਗ ਚਲੂ ਲਉ ਲਲ ਕਹਿੰਦੇ ਭਾਈ ਲਾਲੂ ਤੂੰ ਤਾਂ ਕਹਿੰਦੇ ਮਹੌਤ ਹਰੀ ਦੇ ਰੰਗ ਵਿੱਚ ਰੰਗਿਆ ਗਿਆ ਸੁਣ ਕਰ ਪਰਮ ਆਨੰਦ ਕਹੋ ਪਾਇਓ ਤੋ ਜਿਹਨੂੰ ਮਹਾਰਾਜ ਸਤਕੁ ਨੇ ਇਹ ਬਚਨ ਕਰ ਦਿੱਤਾ ਵੀ ਤੂੰ ਤੇ ਰੰਗਿਆ ਗਿਆ ਬਸ ਕਹਿਣ ਦੀ ਦੀਰ ਸੀ ਇਨੂੰ ਤਾਂ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਗਈ। ਨਿਸ ਦਿਨ ਧਿਆਨ ਗੁਰੂ ਕੋ ਲਾਇ। ਹੁਣ ਇਸ ਦਾ ਦਿਨੇ ਰਾਤ ਹੀ ਧਿਆਨ ਗੁਰੂ ਵਿੱਚ ਜੁੜਿਆ ਰਹਿੰਦਾ। ਇਹ ਅਵਸਥਾ ਹੈ। ਜਦੋਂ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨਾ ਫਿਰ ਹਰ ਵੇਲੇ ਸੋ ਸਿਮਰਨ ਵੀ ਹੋਈ ਜਾਂਦਾ ਤੇ ਧਿਆਨ ਵੀ ਟਿਕਿਆ ਰਹਿੰਦਾ ਹੈ। ਉਥਾਨ ਨਹੀਂ ਹੁੰਦਾ ਫਿਰ। ਕਰਨਾ ਕਰ ਲਾਲੂ ਕੇ ਭਲ ਇਸ ਪ੍ਰਕਾਰ ਸਤਿਗੁਰਾਂ ਨੇ ਕਿਰਪਾ ਕੀਤੀ। ਤੇ ਭਾਈ ਲਾਲੂ ਜੀ ਦੇ ਭਾਲ ਮੱਥੇ ਦੇ ਉੱਤੇ ਨਿਜਕਰ ਧਰਿਓ निहाल वसल ਮੇਰੇ ਸਤਗੁਰਾਂ ਨੇ ਇਹਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਦਿੱਤਾ ਹੈ ਤੇ ਮਹਾਨ ਇਸ ਨੂੰ ਨਿਹਾਲ ਕਰ ਦਿੱਤਾ ਹੈ ਦਿਨ ਪ੍ਰਤ ਸਤਗੁਰ ਕੀਨ ਬਡੇਰਾ ਹੁਣ ਦਿਨ ਪ੍ਰਤੀ ਦਿਨ ਮੇਰੇ ਸਤਗੁਰੂ ਪਾਤਸ਼ਾਹ ਜੀ ਨੇ ਇਹਤੇ ਵੱਡੀ ਕਿਰਪਾ ਕੀਤੀ ਹੈ ਆਤਮਕ ਅਵਸਥਾ ਵੱਡੀ ਕੀਤੀ ਇਸ ਦੀ ਜੋ ਜੋ ਹੀਰੇ ਪ੍ਰੇਮ ਕਨੇਰਾ ਤੇ ਜਿਵੇਂ ਜਿਵੇਂ ਸਤਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕਰਦਾ ਹੈ ਭਾਰੀ ਪ੍ਰੇਮ ਕਰਦਾ ਗੁਰੂ ਦੇ ਨਾਲ ਏਕ ਦਿਵਸ ਗੁਰ ਹੋਏ ਕਿਰਪਾਲੂ ਇੱਕ ਦਿਨ ਮੇਰੇ ਸਤਗੁਰੂ ਜੀ ਮਿਹਰਬਾਨ ਹੋ ਗਏ ਇਸ ਤੇ ਲਾਲੂ ਕੋ ਬਖਸ਼ੀਸ਼ ਵਿਸਾਲ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਲਾਲੂ ਤੇ ਬਖਸ਼ਿਸ਼ ਕੀਤੀ ਹੈ ਸੋ ਮੇਰੇ ਸਤਿਗੁਰੂ ਨੇ ਮਿਹਰ ਕੀਤੀ ਜਦੋਂ ਜੇਤਕ ਗੁਪਤ ਲੋਕ ਜਗ ਮਾਹੀ ਕਹਿੰਦੇ ਭਾਈ ਦੇਖੋ ਇਸ ਸੰਸਾਰ ਦੇ ਅੰਦਰ ਸੋ ਇੱਕ ਤੇ ਇਹ ਰੂਹਾਂ ਨੇ ਜਿਹੜੇ ਸਰੀਰਾਂ ਵਿੱਚ ਫਿਰਦੇ ਆ ਇੱਕ ਗੁਪਤ ਰੂਹਾਂ ਵੀ ਬਹੁਤ ਨੇ ਜਿੰਨੀਆਂ ਕੋ ਰੂਹਾਂ ਗੁਪਤ ਨੇ ਸੰਸਾਰ ਦੇ ਵਿੱਚ ਦ੍ਰਿਸ਼ਟ ਨਾ ਪਰੈ ਫਿਰੈ ਸਭ ਜਾਹੇ ਸਭ ਥਾਂ ਮਤਿ ਰੂਹਾਂ ਫਿਰਦੀਆਂ ਨੇ ਪਰ ਆਮ ਬੰਦੇ ਨੂੰ ਦਿਖਦੀਆਂ ਨਹੀਂ ਹਨ ਉਹ ਤਿੰਨ ਸਭ ਕੋ ਗੁਰ ਤੇ ਸੇ ਬਨਾਇਓ ਤੇ ਮੇਰੇ ਹਜ਼ੂਰ ਪਾਤਸ਼ਾਹ ਨੇ ਕਿਰਪਾ ਕਰਕੇ ਸਾਰੀਆਂ ਗੁਪਤ ਰੂਹਾਂ ਦਾ ਇਸ ਨੂੰ ਜਿਹੜਾ ਨਾ ਵੱਡਾ ਬਣਾ ਦਿੱਤਾ ਹੈ ਅਪਰ ਹੁਕਮ ਤੇ ਤਾਹੇ ਪੁਜਾਇਓ ਤੇ ਹੋਰ ਹੁਕਮ ਉਹਨਾਂ ਰੂਹਾਂ ਨੂੰ ਕੀਤਾ ਤੇ ਇਸ ਦੀ ਪੂਜਾ ਕਰਾ ਦਿੱਤੀ ਇਹ ਸਾਰੀਆਂ ਰੂਹਾਂ ਇਸ ਭਾਈ ਲਾਲੋ ਜੀ ਦੇ ਅਧੀਨ ਕਰ ਦਿੱਤੀਆਂ ਮਹਾਰਾਜ ਨੇ ਜਿਹੜਾ ਗੁਪਤ ਰੂਹਾਂ ਸਨ ਸੰਗਤ ਗੁਪਤਨ ਕੀ ਹੋਏ ਜੇਤੀ ਜਿੰਨੇ ਵੀ ਇਸ ਪ੍ਰਕਾਰ ਗੁਪਤ ਰੂਹਾਂ ਦੀ ਸੰਗਤ ਸੀ ਲਾਲੋ ਕੇ ਪਗ ਪੂਜਹਿ ਤੇਤੀ ਉਹ ਸਾਰੀ ਹੀ ਜੜੀ ਹੈ ਨਾ ਸੋ ਭਾਈ ਲਾਲੋ ਜੀ ਦੇ ਚਰਨਾਂ ਨੂੰ ਪੂਜਦੀਆਂ ਹਾਜ਼ਰ ਹੁੰਦੀਆਂ ਦੂਰ ਦੂਰ ਤੇ ਆਵਹਿ ਸੇਈ ਤੇ ਭਾਵੇਂ ਕਿੰਨੀ ਦੂਰ ਦੂਰ ਤੱਕ ਸਨ ਗੁਰੂ ਸਾਹਿਬ ਦਾ ਹੁਕਮ ਮੰਨ ਕਰਕੇ ਉਹ ਰੂਹਾਂ ਗੁਰੂ ਦੇ ਅਧੀਨ ਨੇ ਮੋ ਵੀ ਪਾਈ ਲਾਲੋ ਜੀ ਦੇ ਚਰਨ ਪਰਸਨ ਵਾਸਤੇ ਆਉਂਦੀਆਂ ਹਨ ਮਨ ਹੈ ਹੁਕਮ ਦਰਸ ਕਰ ਤੇਈ ਤੋ ਮੇਰੇ ਸਤਗੁਰਾਂ ਦਾ ਹੁਕਮ ਮੰਨਦੀਆਂ ਨੇ ਪਾਈ ਲਾਲੋ ਜੀ ਦਾ ਦਰਸ਼ਨ ਕਰਦੀਆਂ ਹਨ ਖਰੇ ਅਗਾਰੀ ਰਹੇ ਹਮੇਸ਼ ਹਮੇਸ਼ਾ ਹੀ ਪਾਈ ਲਾਲੋ ਜੀ ਦੇ ਅੱਗੇ ਇਹ ਬਹੁਤ ਗੁਪਤਰੂਆਂ ਖੜੀਆਂ ਰਹਿੰਦੀਆਂ ਕਹ ਸੋ ਕਰਹ ਜੇ ਕਾਜ ਵਿਸ਼ੇਸ਼ ਜਿਹੜਾ ਮਰਜੀ ਕੋਈ ਵਿਸ਼ੇਸ਼ ਕੰਮ ਕਰਨ ਪਾਈ ਲਾਲੋ ਜੀ ਕੋਸ ਨੂੰ ਇਹ ਕਰਦੇ ਹਨ ਕੋਸ ਹਜ਼ਾਰਨ ਕੋ ਚਲ ਆਵਹਿ ਫਿਰ ਹਜ਼ਾਰਾਂ ਕੋਹਾਂ ਤੋਂ ਚਲ ਚਲ ਕੇ ਆਉਂਦੀਆਂ ਨੇ ਰੂਹਾਂ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦਾ ਮੁਖੀ ਬਣਾਇਆ ਹੈ ਇਸ ਪ੍ਰਕਾਰ ਤੇ ਪੂਜਨੀਕ ਠਹਿਰਾ ਦਿੱਤਾ ਉਹਨਾਂ ਦਾ ਤੂਰਨ ਸੋ ਲਾਲੂ ਦਰਸავਹਿ ਛਟ ਆਣ ਕਰਕੇ ਹਜ਼ਾਰਾਂ ਮੀਲਾਂ ਤੋਂ ਕੋਹਾਂ ਤੋਂ ਆਣ ਕੇ ਭਾਈ ਲਾਲੂ ਜੀ ਦਾ ਦਰਸ਼ਨ ਕਰਦੀਆਂ ਹਾਜ਼ਰੀ ਭਰਦੀਆਂ ਰੂਹਾਂ ਜਿਮ ਆਇਸ ਦੇ ਮਨ ਹੈ ਸੋਈ ਤੇ ਜਿਵੇਂ ਭਾਈ ਸਾਹਿਬ ਜੀ ਹੁਕਮ ਕਰਨ ਤੈਵੇਂ ਉਹ ਮਨ ਦੀਆਂ ਨੇ ਇਹ ਦੋ ਪ੍ਰਕਾਰ ਦੀਆਂ ਰੂਹਾਂ ਮੰਨੀਆਂ ਗਈਆਂ ਨੇ ਇੱਕ ਨੇ ਭੈੜੀਆਂ ਰੂਹਾਂ ਜਿਨ੍ਹਾਂ ਨੂੰ ਭੂਤ ਪ੍ਰੇਤ ਕਹਿੰਦੇ ਐ ਇੱਕ ਦੂਸਰੀਆਂ ਪਵਿੱਤਰ ਰੂਹਾਂ ਨੇ ਉਹ ਸ਼ਹੀਦ ਸਿੰਘ ਕਹਾਉਂਦੇ ਨੇ ਪਵਿੱਤਰ ਰੂਹਾਂ ਜਿਹੜੀਆਂ ਸਪੀਰ ਫਕੀਰ ਸ਼ਹੀਦ ਸਿੰਘ ਜਿਹੜੇ ਨੇ ਸਾਰੇ ਹੀ ਗੁਰੂ ਸਾਹਿਬ ਨੇ ਇਹਨਾਂ ਦੇ ਹੁਕਮ ਵਿੱਚ ਕਰ ਦਿੱਤੇ ਹਨ ਆਣ ਉਪਾयन ਅਰਪਤ ਜੋਈ ਉਹ ਵੀ ਆਣ ਕਰਕੇ ਭਾਈ ਲਾਲੂ ਜੀ ਨੂੰ ਆਣ ਕੇ ਭੇਟਾ ਰੱਖਦੀਆਂ ਹਨ ਇੱਕ ਪਠਾਨ ਸੁਦਾਗਰ ਭਾਰੂ ਤੇ ਇਸ ਪ੍ਰਕਾਰ ਇੱਕ ਸੁਦਾਗਰ ਸੀ ਵੱਡਾ ਵਪਾਰੀ ਸੀ ਪਠਾਨ ਸੀ ਉਹ ਭਰ ਜਹਾਜ਼ ਬਾਰਦ ਮਹਡਾਰੋ ਉਹ ਆਪਣਾ ਜਹਾਜ਼ ਭਰਦਾ ਸੀ ਤੇ ਇਸ ਪ੍ਰਕਾਰ ਸਮੁੰਦਰ ਦੇ ਵਿੱਚ ਚਲਾਉਂਦਾ ਸੀ ਬਾਹਰਲੇ ਜਾ ਕੇ ਦੂਸਰੇ ਪਾਸੇ ਵਿਦੇਸ਼ਾਂ ਵਿੱਚ ਜਾ ਕੇ ਵਪਾਰ ਕਰਦਾ ਸੀ ਉਹ ਤਾਕੋ ਮੇਲ ਸੋ ਲਾਲੋ ਸਾਥ ਪਰ ਉਹ ਪਠਾਨ ਜਿਹੜਾ ਸੀ ਭਾਈ ਲਾਲੋ ਜੀ ਨੂੰ ਮਿਲਿਆ ਕਰਦਾ ਸੀ ਭਾਈ ਸਾਹਿਬ ਜੀ ਦੀ ਸੰਗਤ ਕਰਿਆ ਕਰਦਾ ਸੀ ਉਹ ਮਿਲਤ ਜਬ ਹੈ ਬੰਦ ਹੈ ਜਗ ਹਾਥ ਜਦੋਂ ਵੀ ਦਰਸ਼ਨ ਕਰਦਾ ਭਾਈ ਸਾਹਿਬ ਦੇ ਤੇ ਹੱਥ ਜੋੜ ਕਰਕੇ ਨਮਸਕਾਰ ਕਰਦਾ ਇਹਨਾਂ ਨੂੰ ਸੋ ਸਮੁੰਦਰਮ ਬਰਜਕਰੰਤਾ ਸਮੁੰਦਰ ਦੇ ਵਿੱਚ ਵਪਾਰ ਕਰਿਆ ਕਰਦਾ ਸੀ ਇਹ ਦੇਖਿਆ ਮੈਂ ਪੁਰਖਾਂ ਨਾਲ ਜਾ ਕੇ ਸੋ ਪਟਨਾ ਸਾਹਿਬ ਤੱਕਿਆ ਸੀ ਸੋ ਗੰਗਾ ਦੇ ਵਿੱਚ ਸੋ ਪੁਰਾਣੇ ਜਿਹੜੇ ਨਾ ਇਸ ਤਰ੍ਹਾਂ ਜਹਾਜ਼ ਜਿਹਨੂੰ ਕਹਿੰਦੇ ਇਹ ਵੱਡੇ ਬੇੜੇ ਹੁੰਦੇ ਉਹਨਾਂ ਦੇ ਜਿੱਦਾਂ ਬੇੜੀਆਂ ਤੋਂ ਵੱਡਾ ਬੇੜਾ ਹੁੰਦਾ ਉਹਨਾਂ ਬੱਚ ਬਹੁਤ ਸਾਰਾ ਸਾਂ ਜੋ ਸਮਾਨ ਰਾਸ਼ਨ ਪਾਣੀ ਜਿਹੜਾ ਖਰੀਦ ਕੇ ਉਹਦੇ ਚ ਲੱਦ ਲੈਣਾ ਤੇ ਮੁੜ ਕੇ ਇਸ ਪ੍ਰਕਾਰ ਉਹਨੂੰ ਪਾਰ ਲੈ ਕਰਕੇ ਤੇ ਪਾਰਲੇ ਪਾਸੇ ਜਾ ਕਰਕੇ ਫਿਰ ਉਸ ਦੇ ਤਾਈ ਉਹ ਸਮਾਨ ਵੇਚ ਕਰਕੇ ਤੇ ਨਫਾ ਖੱਟਣਾ ਜਿੱਦਾਂ ਹੁਣ ਵੀ ਵਪਾਰ ਚੱਲਦਾ ਉਦੋਂ ਇਸ ਢੰਗ ਨਾਲ ਸੀ ਇਹ ਪਠਾਨ ਜਿਹੜਾ ਸੀ ਇਦਾਂ ਦਾ ਵਪਾਰੀ ਸੀ ਉਹ ਟਾਪੂ ਬਖੈ ਲਾਬ ਲਬ ਅੰਤ ਸਮੁੰਦਰ ਤੋਂ ਪਾਰ ਜਾ ਕੇ ਟਾਪੂ ਵਿੱਚ ਜਹਾਜ਼ ਲਾਉਂਦਾ ਉੱਥੇ ਸਮਾਨ ਵੇਚ ਕਰਕੇ ਲਾਭ ਖਟਿਆ ਕਰਦਾ ਸੀ ਇਹ ਇੱਕ ਬਿਰ ਤਿਹ ਜਹਾਜ ਫਟ ਗयो ਇੱਕ ਵਾਰ ਕੋਈ ਐਸੀ ਮਾਲਕ ਦੀ ਮੌਜ ਹੋਈ ਇਹਦਾ ਜਹਾਜ ਜਿਹੜਾ ਸੀ ਸੋ ਕਿਤੇ ਸਮੁੰਦਰ ਦੀਆਂ ਲਹਿਰਾਂ ਵਿੱਚ ਇਹਦਾ ਟੁੱਟ ਗਿਆ ਫਟ ਗਿਆ ਜਹਾਜ ਸਕਲ ਸਮਾਜ ਬੂਡ ਤੋਂ ਭਇਓ ਜਿੰਨਾ ਸਾਜੋ ਸਮਸਾਰਾ ਇਸ ਸਮੁੰਦਰ ਵਿੱਚ ਡੁੱਬ ਗਿਆ ਮਹਾ ਅੰਧੇਰੀ ਤੇ ਬੜ ਫੂਟਾ ਕਿਉਂਕਿ ਬਹੁਤ ਭਾਰੀ ਅੰਧੇਰੀ ਤੂਫਾਨ ਆ ਗਿਆ ਆ ਜਿਤਨਾ ਵੀ ਬਾਤਾਂ ਵਰਨਣਾ ਹੈ ਨਾ ਇਹ ਥੋੜਾ ਜਿਹਾ ਸੋਚ ਕੇ ਦੇਖੀਏ ਇਹਨੂੰ ਸਾਰੇ ਨੂੰ ਅਦਲਾ ਬਦਲੀ ਸਮੁੰਦਰ ਕਰਦਾ ਹੈ ਜਦੋਂ ਸਮੁੰਦਰ ਵਿੱਚ ਤੁਸੀਂ ਦੇਖੋ ਸਮੁੰਦਰ ਦੇ ਵਿੱਚ ਕੁਦਰਤੀ ਤੌਰ ਤੇ ਜਿਸ ਵੇਲੇ ਜਵਾਰ ਭਾਟਾ ਉੱਠਦਾ ਹੈ ਤੂਫਾਨ ਉੱਠਦਾ ਹੈ ਉਹ ਜਿਹੜੇ ਪਾਸੇ ਨੂੰ ਤੁਰ ਪੈਂਦਾ ਫਿਰ ਹਵਾ ਦੇ ਵੇਕ ਦੇ ਨਾਲ ਉਹਦੇ ਤਬਾਹੀ ਕਰਦਾ ਜਾਂਦਾ ਹੈ ਇਹ ਉਹ ਕਹਿੰਦੇ ਬਹੁਤ ਭਾਰੀ ਹਨੇਰੀ ਤੂਫਾਨ ਜਿਹੜਾ ਉੱਠਿਆ ਸੀ ਜਿਹਦੇ ਨਾਲ ਜਹਾਜ਼ ਜਿਹੜਾ ਸੀ ਉਹ ਟੁੱਟਿਆ ਸੀ ਤਖਤਾ ਏਕ ਸੰਗਤੇ ਟੁੱਟਾ ਉਹ ਜਹਾਜ਼ ਦੇ ਨਾਲੋਂ ਇੱਕ ਤਖਤਾ ਜਿਹੜਾ ਸੀ ਉਹ ਲੱਕੜ ਦਾ ਜਿਹੜਾ ਟੁੱਟਿਆ ਸੀ ਉਹ ਤੇ ਇਸ ਪਰ ਚੜਿਓ ਪਠਾਨ ਬਚਿਓ ਤਬ ਉਸ ਨੱਕੜ ਦੇ ਉੱਤੇ ਇਹ ਪਠਾਨ ਚੜ ਗਿਆ ਇਹ ਬਚ ਗਿਆ ਉਸ ਤੂਫਾਨ ਦੇ ਵਿੱਚ ਸਮੁੰਦਰ ਵਿੱਚੋਂ ਬਾਇਓ ਬੇਗ ਤੇ ਬਹਿ ਹੋ ਗयो ਤੋ ਹਵਾ ਦਾ ਜਿੱਦ ਨੂੰ ਵੇਗ ਚੱਲਿਆ ਉਹਦੇ ਨਾਲ ਇਹ ਸਮੁੰਦਰ ਉਤੇ ਤਰਦਾ ਗਿਆ ਇੱਕ ਟਾਪੂ ਮਹਿ ਲਗਿਓ ਸੋ ਜਾਏ ਇੱਕ ਟਾਪੂ ਜਿਹੜਾ ਸੀ ਸਮੁੰਦਰ ਵਿੱਚ ਉਹਦੇ ਕਿਨਾਰੇ ਜਾ ਕਰਕੇ ਇਹ ਲੱਗ ਗਿਆ ਦੇਖੋ ਤੇ ਠਾ ਨਗਰ ਬਸਾਏ ਇਸ ਪ੍ਰਕਾਰ ਤੱਕਿਆ ਇਸਨੇ ਵੀ ਇੱਥੇ ਬਹੁਤ ਨਗਰੀ ਵਸਦੀ ਐ ਤਖਤੇ ਪਰ ਤੇ ਉਤਰ ਸੋ ਗयो ਉਸ ਤਖਤੇ ਤੋਂ ਉਤਰ ਕਰਕੇ ਇਸ ਨਗਰੀ ਵਿੱਚ ਗਿਆ ਉਹ ਪਠਾਨ ਜਿਹੜਾ ਸੀ ਵਪਾਰੀ ਕਿਹ ਕੋ ਮਿਲ ਤਹ ਬੂਜਿਤ ਭਇਓ ਉਥੇ ਕਿਸੇ ਨੂੰ ਮਿਲ ਕਰਕੇ ਤੇ ਉਸਨੇ ਪੁੱਛਿਆ ਹੈ ਕੌਣ ਦੇਸ ਕੋਪੁਰ ਕੋ ਨਾਮ ਤੋ ਕਹਿੰਦੇ ਜੀ ਇਸ ਪੁਰੀ ਦਾ ਨਾਮ ਕੀ ਹੈ ਇੱਥੇ ਕਿਹੜੇ ਧਰਮ ਦੇ ਕੈਸੇ ਲੋਕ ਰਹਿੰਦੇ ਹਨ ਦੱਸੋ ਵਸ ਕੌਣ ਏ ਥਲ ਕਰ ਧਾਮ ਕੌਣ ਲੋਕ ਇੱਥੇ ਘਰ ਬਣਾ ਕੇ ਰਹਿੰਦੇ ਹਨ ਮੈਨੂੰ ਪਤਾ ਲੱਗ ਜਾਏ ਗੁਪਤ ਸਕਲ ਟਾਪੂ ਤੇਸ ਵਸਹਿ ਉਸਨੇ ਦੱਸਿਆ ਵੀ ਸਾਰੀਆਂ ਗੁਪਤ ਰੂਹਾਂ ਹੀ ਇੱਥੇ ਵਸਦੀਆਂ ਟਾਪੂ ਦੇ ਵਿੱਚ ਦੇਖ ਮਨੁੱਖੋ ਸੋ ਤਬ ਹਸਹਿ ਤੇ ਮਨੁੱਖ ਨੂੰ ਵੇਖ ਕਰਕੇ ਸਾਰੇ ਹੱਸਦੇ ਸਨ ਗੁਪਤ ਰੂਹਾਂ ਸਨ ਸਾਰੀਆਂ ਕਹਿਓ ਤਿਨਹੋ ਗੁਪਤਨ ਕੋ ਥਾਇ ਥਾਇਉ ਉਹਨਾਂ ਨੇ ਦੱਸਿਆ ਇਹ ਸਾਰਾ ਗੁਪਤ ਰੂਹਾਂ ਦਾ ਟਿਕਾਣਾ ਇਸ ਮੁੰਡੇ ਦੇ ਟਾਪੂ ਵਿੱਚ ਭੂਤ ਪ੍ਰੇਤ ਗੁਪਤ ਰੂਹਾਂ ਸਾਰੀਆਂ ਵਸਦੀਆਂ ਨੇ ਤੂੰ ਮਨੁੱਖ ਕਹੋ ਕਿਤਤੇ ਆਇਓ ਕਹਿੰਦੇ ਤੂੰ ਸਾਨੂੰ ਪੁੱਛਣਾ ਪਰ ਤੂੰ ਦੱਸ ਤੂੰ ਮਨੁੱਖ ਇਸ ਸਰੀਰ ਦੇ ਨਾਲ ਲੈ ਕੇ ਕਿੱਥੋਂ ਆਇਆ ਤੂੰ ਸਾਡੇ ਕੋਲ ਤਰਸਤ ਪਠਾਨ ਬਖਾਨਤ ਅਹੈ ਬੜਾ ਡਰ ਗਿਆ ਉਹ ਇਹ ਕਿੱਥੇ ਆ ਗਏ ਆਪਾਂ ਤੋ ਡਰਦੇ ਹੋਏ ਨੇ ਇਸ ਪ੍ਰਕਾਰ ਦੱਸਿਆ ਉਹਨਾਂ ਨੂੰ ਦੇਸ਼ ਪੰਜਾਬ ਦੂਰ ਤਹਿ ਰਹੈ ਮੈਂ ਦੂਰ ਹਾਂ ਇਥੋਂ ਪੰਜਾਬ ਦੇਸ਼ ਦਾ ਰਹਿਣ ਵਾਲਾ ਹਾਂ ਫੂਟ ਗयो ਜਹਾਜ਼ ਜਦ ਮੇਰਾ ਮੇਰਾ ਜਹਾਜ਼ ਮੈਂ ਵਪਾਰੀ ਆ ਮੇਰਾ ਜਹਾਜ਼ ਸਮੁੰਦਰ ਵਿੱਚ ਜਦੋਂ ਫਟ ਗਿਆ ਦਾਇਬ ਜੋਗ ਕਰ ਇਹ ਥਲ ਹੈਰਾ ਪਰਮੇਸ਼ਵਰ ਦੀ ਨੇਤ ਵਰਤੀ ਤੇ ਮੈਂ ਆਣ ਕੇ ਤੁਹਾਡਾ ਦਰਸ਼ਨ ਕੀਤਾ ਹੈ ਤਾਪ ਗੁਪਤਨ ਪੁੱਛਿਓ ਤਿਸ ਪਾਹੀ ਤਾਂ ਜਿਹੜੇ ਗੁਪਤ ਰੂਹਾਂ ਸੀ ਉਸ ਨੂੰ ਪੁੱਛਦੀਆਂ ਹਨ ਲਾਲੂ ਕੋ ਤੂੰ ਲਖੈ ਕੇ ਨਹੀਂ ਰੂਹਾਂ ਪੁੱਛਦੀਆਂ ਵੀ ਇੱਕ ਤੁਹਾਡੇ ਫਿਰ ਪੰਜਾਬ ਵਿੱਚ ਭਾਈ ਲਾਲੂ ਜੀ ਰਹਿੰਦੇ ਲਾਲੋ ਜੀ ਤੁਸੀਂ ਜਾਣਦੇ ਹੋ ਉਹਨੂੰ ਕਿ ਨਹੀਂ ਸੁਨ ਪਠਾਨ ਹਰਖਿਓ ਬਹੁ ਕਹੈ ਬਚ ਕਹੈ ਤੇ ਬੜਾ ਖੁਸ਼ ਹੋ ਗਿਆ ਪਠਾਨ ਉਹਨਾਂ ਗੁਪਤੂਆਂ ਨੂੰ ਕਹਿੰਦਾ ਹੈ ਇਸ ਤਰੀਕੇ ਨਾਲ ਹਮ ਲਾਲੂ ਕੇ ਢਿਗ ਹੀ ਰਹੇ ਮੈਂ ਜੀ ਭਾਈ ਲਾਲੂ ਜੀ ਦੇ ਨੇੜੇ ਹੀ ਰਹਿੰਦਾ ਉਸੇ ਨਗਰੀ ਦਾ ਰਹਿਣ ਵਾਲਾ ਹਾਂ ਮਿਲਤ ਸਦੀਵ ਬੰਦਨਾ ਕਰਾਂ ਤੇ ਮੈਂ ਉਹਨਾਂ ਨੂੰ ਮਿਲ ਕਰਕੇ ਭਲੀ ਪ੍ਰਕਾਰ ਸਦਾ ਹੀ ਨਮਸਕਾਰਾਂ ਕਰਦਾ ਮੈਂ ਉਹਨਾਂ ਦੀ ਪੂਜਾ ਕਰਦਾ ਹਾਂ ਬਡੋ ਸੰਤ ਭਾਉ ਸੋ ਔਰ ਧਰਾਂ ਤੇ ਉਹ ਵੱਡੇ ਭਾਰੀ ਸੰਤ ਨੇ ਮੈਂ ਤਾਂ ਬਹੁਤ ਪ੍ਰੇਮ ਕਰਦਾ ਹਾਂ ਉਹਨਾਂ ਨਾਲ ਸਾਦਰ ਤੇ ਬਿਠਾਏ ਹਿਤਕੀਨੋ ਉਹਨਾਂ ਲੋਕਾਂ ਨੇ ਭਾਈ ਲਾਲੂ ਦਾ ਨਾਂ ਸੁਣਿਆ ਨਾ ਬੜਾ ਪਿਆਰ ਕੀਤਾ ਬੜਾ ਸਤਿਕਾਰ ਕੀਤਾ ਫਿਰ ਉਸ ਦਾ ਬਿਠਾ ਲਿਆ ਕੋਲ ਪਤਾ ਦੇਸ਼ ਨਗਰੀ ਕੋ ਲੀਨ ਤੋ ਨਗਰੀ ਦਾ ਦੇਸ਼ ਦਾ ਇਲਾਕੇ ਦਾ ਸਾਰਾ ਪਤਾ ਪੁੱਛ ਲਿਆ ਇਸ ਨੂੰ ਜਦ ਪਠਾਨ ਸਿਮਰਿਓ ਤਹਿ ਲਾਲੂ ਜਿਸ ਮਿਲਨੇ ਇਸ ਪਠਾਨ ਨੇ ਅਈ ਲਾਲੋ ਜੀ ਨੂੰ ਯਾਦ ਕੀਤਾ ਹੈ ਤਾਂ ਦ੍ਰਿਗ ਜਲ ਲੀਨ ਉਸਾਸ ਬਸਾਲੂ ਤਾਂ ਭਾਈ ਕਿਉਂਕਿ ਜਦ ਇਹੋ ਜਿਹੀ ਕਿਸੇ ਤੇ ਹਾਲਤ ਵਰਤੇ ਅਰਬੀ ਕਿਤੇ ਸਮੁੰਦਰ ਚੋਂ ਬਚਾ ਲਵੇ ਕੱਲੇ ਨੂੰ ਫਿਰ ਤੇ ਉਸ ਵੇਲੇ ਭਾਈ ਲਾਲੂ ਜੀ ਨੂੰ ਯਾਦ ਕਰਕੇ ਇਹਦਾ ਹਿਰਦਾ ਭਾਰਿਆ ਆਇਆ ਨੀਤਰਾ ਵਿੱਚ ਜਲ ਭਰ ਗਿਆ ਹੈ ਗळा ਰੁਕ ਗਿਆ ਹੈ ਐਸਾ ਇਹ ਪ੍ਰੇਮ ਉਤਕੰਠਾ ਬਣ ਗਈ ਜਦੋਂ ਇਸ ਕੋ ਪਿਖ ਗੁਪਤਨ ਕਰ ਦਇਆ ਇਹਦੀ ਇਹ ਪ੍ਰੇਮਮਈ ਅਵਸਥਾ ਦੇਖ ਕੇ ਭਾਈ ਲਾਲੂ ਦਾ ਪਿਆਰ ਮਰਚ ਦੇਖ ਕਰਕੇ ਨਾ ਇਹ ਜਿੰਨੀਆਂ ਗੁਪਤੁਰਾਂ ਸੀ ਉਹਨਾਂ ਦੇ ਬੜਾ ਭਾਰੀ ਪ੍ਰੇਮ ਜਾਗਿਆ ਮਨ ਵਿੱਚ ਕਿਉਂ ਰੋਵਤ ਪੂਛਣ ਕੋ ਕੀਆ ਇਹਨ ਪੁੱਛਦੇ ਵੀ ਤੂੰ ਇੰਨਾ ਵਿਰਾਗਮਾਨ ਕਿਉਂ ਹੋਇਆ ਕਿਉਂ ਰੋਂਦਾ ਹੈ ਹਮ ਲਾਲੂ ਕੇ ਸਿੱਖ ਸਭ ਅਹੇ ਸਿਕਰਨਾ ਕਰ ਜੇ ਤੂੰ ਭਾਈ ਲਾਲੂ ਦਾ ਸਿੱਖਾ ਨਾ ਤੇ ਅਸੀਂ ਭਾਈ ਲਾਲੂ ਦੇ ਸਿੱਖੀ ਜੇ ਸੁਆਸ ਤੂੰ ਕਭਰਾ ਨਾ ਤਿਮ ਕਰ ਦੇਹ ਜਥਾ ਚਿਤ ਚਹ ਤੇ ਅਸੀਂ ਹਮੇਸ਼ਾ ਉਹਦੇ ਹੁਕਮ ਵਿੱਚ ਹੈ ਤੇ ਤੂੰ ਦੱਸ ਜਿਵੇਂ ਤੂੰ ਕਹੀਂ ਅਸੀਂ ਉਵੇਂ ਕਰ ਦਿੰਦੇ ਹਾਂ ਕਹ ਪਠਾਨ ਦਿਖਾਵ ਦਿਖਾਵ ਹੋ ਲਾਲੂ ਤੇ ਕਹਿਣ ਲੱਗਾ ਪਠਾਨ ਕਹਿੰਦੇ ਬਸ ਮੇਰੀ ਇਹੋ ਇੱਛਾ ਹੈ ਮੈਨੂੰ ਭਾਈ ਲਾਲੋ ਜੀ ਦੇ ਦਰਸ਼ਨ ਕਰਾ ਦਿਓ ਕਰਿਓ ਜੇ ਮੁਝ ਪਰ ਮਿਹਰ ਬਸਾਲੂ ਜੇ ਦਇਆ ਕੀਤੀ ਮੇਰੇ ਤੇ ਮਿਹਰ ਕਰਦੇ ਹੋ ਨਾ ਤੇ ਮੈਨੂੰ ਭਾਈ ਲਾਲੋ ਜੀ ਨੂੰ ਮਿਲਾ ਦਿਓ ਸਭ ਕੁਛ ਖੋਏ ਦੂਰ ਮੈਂ ਆਇਓ ਦੇਖੋ ਮੈਂ ਦੂਰ ਬਹੁਤ ਆ ਗਿਆ ਮੇਰਾ ਸਾਰਾ ਕੁਛ ਗਵਾਚ ਗਿਆ ਹੈ ਦੇਸ਼ ਪੰਜਾਬ ਚਾਹਾਂ ਅਬ ਜਾਇਓ ਬਸ ਮੇਰੀ ਹੁਣ ਇਹੋ ਇੱਛਾ ਹੈ ਕੇ ਰੱਬ ਨੇ ਮੈਨੂੰ ਬਚਾ ਲਿਆ ਤੇ ਹੁਣ ਮੈਂ ਆਪਣੇ ਪੰਜਾਬ ਦੇਸ਼ ਘਰ ਜਾਣਾ ਚਾਹੁੰਦਾ ਹਾਂ ਗੁਪਤਨ ਦੋਏ ਲਾਲ ਤੇਹ ਦੀਨੇ ਇਹਨਾ ਗੁਪਤ ਰੂਹਾਂ ਨੇ ਕਿਹਾ ਠੀਕ ਹੈ ਇਹਨਾਂ ਨੇ ਦੋ ਲਾਲ ਦਿੱਤੇ ਇਸ ਨੂੰ ਭਾਈ ਪਠਾਨ ਨੂੰ ਉਸ ਨੂੰ ਇਹ ਲਾਲੂ ਕੀ ਭੇਟ ਸੋ ਕੀਨੇ ਕਹਿਣ ਲੱਗੇ ਭੀ ਠੀਕ ਹੈ ਇਦਾਂ ਕਰ ਆ ਸਾਡੇ ਵੱਲੋਂ ਭਾਈ ਲਾਲੋ ਜੀ ਦੀ ਭੇਟਾ ਲੈ ਜਾ ਇਹ ਦੋ ਲਾਲ ਜਿਹੜੇ ਭਾਈ ਜੀ ਨੂੰ ਜਾ ਕੇ ਮੱਥਾ ਟੇਕ ਦੇਵੀਂ ਅਪਰ ਜਵਾਹਰ ਆਪਣੇ ਹਿੱਤ ਲੈ ਹੋ ਤੇ ਠੀਕ ਹੈ ਤੇਰਾ ਬਹੁਤ ਨੁਕਸਾਨ ਹੋਇਆ ਆ ਲੈ ਤੈਨੂੰ ਅਸੀਂ ਹੀਰੇ ਜਵਾਹਰਾਤ ਤੈਨੂੰ ਦਿੰਨੇ ਆਂ ਭੀ ਜਿੰਨਾ ਕ ਤੇਰਾ ਨੁਕਸਾਨ ਹੋਇਆ ਨਾ ਤੈਨੂੰ ਇਸ ਪ੍ਰਕਾਰ ਤਕਲੀਫ ਨਾ ਹੋਵੇ ਆ ਲੈ ਕਹਿੰਦੇ ਇੰਨਾ ਕ ਮਾਲ ਤੂੰ ਲੈ ਲੈ ਤੇ ਆ ਦੋ ਲਾਲ ਦਿੰਨੇ ਆਂ ਇਹ ਭਾਈ ਲਾਲੂ ਨੂੰ ਜਾ ਕਰਕੇ ਤੂੰ ਅਰਪਣ ਕਰਦੇ ਵੀ ਸਾਡੇ ਵੱਲੋਂ ਇਹ ਦੋਏ ਲਾਲੋ ਹਮ ਦਿਸਤੇ ਦੇਹੋ ਤੇ ਸਾਡੀ ਤਰਫੋਂ ਇਹ ਸਾਡੀ ਭੇਟਾ ਜਿਹੜੀ ਐ ਭਾਈ ਲਾਲੋ ਜੀ ਨੂੰ ਪਹੁੰਚਾ ਦੇਵੀ ਤੂੰ ਤੱਬ ਪਠਾਨ ਲੀਨੇ ਹਰ ਖਾਏ ਭਾਈ ਪਠਾਨ ਬੜਾ ਖੁਸ਼ ਹੋਇਆ ਤੇ ਉਹ ਲਾਲ ਇਸਨੇ ਲਲੇ ਹੀਰੇ ਜਵਾਹਰਾਂ ਤੇ ਲੈਲੇ ਜੋ ਦਿੱਤੇ ਇਹਨਾਂ ਨੇ ਕਹਿ ਤਿਨ ਪੁਨ ਇਸ ਦ੍ਰਿਗਮੁਂਦਵਾਏ ਤੇ ਕਹਿਣ ਲੱਗੇ ਚੰਗਾ ਭਾਈ ਫਿਰ ਇਦਾਂ ਕਰ ਹੁਣ ਪਾਈ ਲਾਲਾ ਨੂੰ ਕਰ ਜਾ ਤੇ ਅੱਖਾਂ ਬੰਦ ਕਰ ਲੈ ਗੁਪਤਨ ਸੋ ਤਤਕਾਲ ਪਹਚਾਇਓ ਤੇ ਗੁਪਤ ਰੂਹਾਂ ਨੇ ਝਾਂਟੀਆਂ ਨੂੰ ਪਾਈ ਲਾਲੋ ਦੇ ਕੋਲ ਡੱਲੇ ਪਹਚਾ ਦਿੱਤਾ ਹੈ ਬੋਲੇ ਦ੍ਰਿਗ ਗ੍ਰਹਿ ਮੈਂ ਪਿਖ ਆਇਓ ਤੇ ਜਿਸ ਨੇ ਇਸ ਨੇ ਥੋੜੀ ਦੇਰ ਬਾਅਦ ਅੱਖਾਂ ਖੋਲੀਆਂ ਤੇ ਕੀ ਤੱਕਦਾ ਆਪਣੇ ਘਰ ਪਹੁੰਚ ਗਿਆ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਐਹੋ ਜੀਆਂ ਪਵਿੱਤਰ ਰੂਹਾਂ ਵੀ ਹਨ ਜੋ ਐਸ ਤਰੀਕੇ ਦੀ ਸ਼ਕਤੀ ਰੱਖਦੀਆਂ ਨੇ ਤੇ ਮੇਰੇ ਸਤਿਗੁਰੂ ਜੀ ਤਾਂ ਸਿੱਖ ਹੀ ਐਹੋ ਜੇ ਸੇਵਾ ਕਰਦੇ ਨੇ ਤੇ ਮੇਰੇ ਗੁਰੂ ਨਾਨਕ ਤੇ ਕਾਦੀ ਸ਼ੰਕਾ ਵੀ ਕਿਦਾਂ ਗੁਰੂ ਉੱਥੇ ਚੱਲ ਗਏ ਅੱਖਾਂ ਮੀਟ ਕੇ ਕਿਦਾਂ ਗੁਰੂ ਉੱਥੇ ਚੱਲ ਗਏ ਮੇਰੇ ਗੁਰੂ ਤਾਂ ਪਰਮੇਸ਼ਰ ਨੇ ਤੇ ਮੇਰੇ ਸਤਿਗੁਰਾਂ ਨੇ ਨਵਾਜੇ ਹੋਈ ਹੈ ਇਹੋ ਜੀ ਕੌਤਕ ਕਰ ਬਖਾਉਂਦੇ ਹਨ ਜਾਏ ਲਾਲ ਲਾਲੂ ਕੋ ਦਏ ਜਾ ਕਰਕੇ ਨੇ ਪਹਿਲਾਂ ਇਹ ਕੰਮ ਕੀਤਾ ਉਹ ਜਿਹੜੇ ਲਾਲ ਸੀ ਭਾਈ ਲਾਲੋ ਨੂੰ ਜਾ ਕਰਕੇ ਅਰਪਣ ਕੀਤੇ ਹਨ ਕਹਿਤ ਸੁਜਸ ਬਹੁ ਵੰਦਨ ਕੀਏ ਤੇ ਬਣਾ ਜਸ ਕੀ ਤਾਂ ਨਮਸਕਾਰ ਕੀਤੀ ਭਾਈ ਲਾਲੋ ਜੀ ਤੇਰਾ ਨਾਮ ਲੈ ਕਰਕੇ ਤੇ ਮੈਂ ਬਚ ਗਈ ਤੇ ਆ ਐਡਾ ਭਾਰੀ ਮਾਨ ਸਤਕਾਰ ਤੇ ਤੇਰੇ ਦਰਸ਼ਨ ਹੋਏ ਹਨ ਅਪਣ ਬਰਤਾਂਤ ਕਹਿਓ ਪੁਰਮਾਹੀ ਸਾਰੀ ਪੁਰੀ ਦੇ ਵਿੱਚ ਇਸ ਨੇ ਸੋ ਆਪਣਾ ਪ੍ਰਸੰਗ ਦੱਸਿਆ ਕਿ ਕੀ ਮੇਰੇ ਨਾਮ ਵਰਤੇ ਆ ਤੇ ਭਾਈ ਲਾਲੋ ਜੀ ਦਾ ਨਾਮ ਲੈਣ ਦੇ ਨਾਲ ਕਿਸ ਤਰੀਕੇ ਦੇ ਨਾਲ ਸੇਵਾ ਵੀ ਹੋਈ ਤੇ ਮੈਨੂੰ ਪਹੁੰਚਾਇਆ ਵੀ ਇਹਨਾਂ ਰੂਹਾਂ ਨੇ ਕਿ ਐਡੇ ਮਾਲਕ ਹਨ ਸਤਿਗੁਰੂ ਦੀ ਕਿਰਪਾ ਐਡਾ ਭਾਰੀ ਸਿੱਖ ਹੈ ਗੁਰੂ ਦਾ ਇਹ ਕਿਰਪਾ ਸੰਤ ਆਇਓ ਤੁਮ ਪਾਹੀ ਬਸ ਇਸ ਸੰਤ ਦੀ ਕਿਰਪਾ ਦੇ ਨਾਲ ਨਗਰ ਦੇ ਲੋਕ ਮੈਂ ਤੁਹਾਡੇ ਕੋਲ ਪਹੁੰਚ ਗਿਆ ਨਹੀਂ ਤੇ ਸਮੁੰਦਰ ਦੇ ਵਿੱਚੋਂ ਡੁੱਬਣ ਤੋਂ ਬਚਣਾ ਭੂਤਾਂ ਪ੍ਰੇਤਾਂ ਦੇ ਉਸ ਟਾਪੂ ਦੇ ਵਿੱਚੋਂ ਬਚਣਾ ਇਹ ਸਾਰੀ ਹੀ ਏਸੇ ਸਿੱਖ ਦੀ ਕਿਰਪਾ ਹੋਈ ਮੇਰੇ ਤੇ ਲਾਲੋ ਲਾਲ ਲੀਏ ਕਰ ਦੋਏ ਭਾਈ ਲਾਲੋ ਜੀ ਦੇਖੋ ਲਾਲ ਦੋਵੇਂ ਲਾਲੇ ਇਹ ਆ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਸੋ ਖੇਲ ਤੇ ਗੁਰੂ ਦੀ ਸਿੱਖਿਆ ਗੁਰੂ ਢਿਗ ਆਨ ਰੱਖੇ ਤੈਨ ਸੋਏ ਤੇ ਭਾਈ ਲਾਲੋ ਜਿਹਨੇ ਲਾਲ ਚ ਨਹੀਂ ਕੀਤਾ ਹੁਣ ਕਹਿੰਦੇ ਸ਼ਕਤੀਆਂ ਤੇ ਸਾਰੀਆਂ ਗੁਰੂ ਦੀਆਂ ਬਖਸ਼ੀਆਂ ਨੇ ਉਹ ਲਾਲ ਲਏ ਤੇ ਆਣ ਕਰਕੇ ਧੰ ਸਤਿਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕ ਦਿੱਤਾ ਪਿਖ ਸ੍ਰੀ ਅਮਰ ਬਚਨ ਮੁਖ ਭਾਖਾ ਤੇ ਮੇਰੇ ਸਤਿਗੁਰਾਂ ਦੇ ਚਰਨਾ ਵਿੱਚ ਲਾਲ ਜਦੋਂ ਰੱਖੇ ਤੇ ਮੇਰੇ ਹਜੂਰ ਜੀ ਨੇ ਬਚਨ ਕੀਤਾ ਅੰਤਰਜਾਮੀ ਸਤਿਗੁਰਾਂ ਨੇ ਨਾਮ ਰਤਨ ਹਿਅਰੈ ਮਹਿ ਰਾਖਾ ਹਜੂਰ ਕਹਿੰਦੇ ਨੇ ਭਾਈ ਲਾਲੋ ਜੀ ਅਸਲ ਜਿਹੜਾ ਨਾ ਰਤਨ ਅਸਲ ਲਾਲਤ ਹੈ ਪਰਮੇਸ਼ਵਰ ਦਾ ਨਾਮ ਅਸੀਂ ਹਿਰਦੇ 'ਚ ਟਿਕਾਇਆ ਹੋਇਆ ਤੇਰੇ ਹਿਰਦੇ ਦੇ ਵਿੱਚ ਟਿਕਿਆ ਹੋਇਆ ਹੈ। ਇਨ ਕੋ ਜਾ ਨਦੀ ਮੰਡਾਰ। ਅਸੀਂ ਇਹ ਝੂਠੇ ਲਾਲ ਕੀ ਕਰਨੇ। ਪਰਮੇਸ਼ਰ ਦਾ ਨਾਮ ਰੂਪੀ ਲਾਲ ਹਿਰਦੇ 'ਚ ਬਸਿਆ ਹੈ। ਏਦਾਂ ਕਰ ਚੁੱਕਲਾ ਦੋਵੇਂ ਲਾਲ ਉਹ ਵਿਆਸਾ ਨਦੀ 'ਚ ਛੁੱਟਿਆ ਜਾ ਕੇ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਸ਼ਹਿਨਸ਼ਾ ਪਿਤਾ ਸਤਗੁਰਾਂ ਦੀ ਇਹ ਐਸੀ ਸਿੱਖਿਆ ਤੇ ਬਰਕਤ ਹੈ। ਧਰੋ ਨਾਮ ਵਿਵਹਾਰ ਕਰ ਪਿਆਰ। ਇਸ ਪ੍ਰਕਾਰ ਕਹਿੰਦੇ ਨੇ ਨਾ ਇਹਨਾਂ ਨੂੰ ਤੁਸੀਂ ਧਰਨਾ ਹੈ ਸੰਭਾਲ ਕੇ ਵੀ ਨਹੀਂ ਰੱਖਣਾ ਤੇ ਇਹਨਾਂ ਨਾਲ ਕੋਈ ਵਿਹਾਰ ਵੀ ਨਹੀਂ ਕਰਨਾ ਇਹ ਝੂਠੇ ਲਾਲਾਂ ਨੂੰ ਅਸੀਂ ਕੀ ਕਰਨਾ ਹੈ ਲਾਲੋ ਗੁਰ ਕੀ ਆਗਿਆ ਮੰਨੀ ਭਾਈ ਲਾਲੋ ਜੀ ਗੁਰੂ ਦੇ ਆਗਿਆਕਾਰੀ ਸਨ ਛੱਟ ਆਗਿਆ ਮੰਨੀ 사ਤਸੰਗ ਜੀ ਦੇਖੋ ਸਤਗੁਰੂ ਜੀ ਨੇ ਕੀ ਵਡਿਆਈ ਦਿੱਤੀ ਹੋਈ ਹੈ ਇਥੋਂ ਇਹ ਸਮਝ ਆਉਂਦੀ ਹੈ ਕਿ ਸਾਹਿਬ ਸਤਗੁਰੂ ਮਹਾਰਾਜ ਦੀ ਬਰਕਤ ਦਾ ਸਦਕਾ ਹੈ ਜਿੱਥੇ ਸੋ ਦੇਸ਼ਾਂ ਬ੍ਰਦੇਸ਼ਾਂ ਦੀਆਂ ਸੰਗਤਾਂ ਆਣ ਕੇ ਸਤਿਗੁਰੂ ਜੀ ਦੇ ਚਰਨਾ ਵਿੱਚ ਦਰਸ਼ਨ ਕਰਦੀਆਂ ਨੇ ਤੇ ਹੁਣ ਜਿਹੜਾ ਨੇ ਸਰੀਰ ਨਹੀਂ ਰਹੇ ਪਰ ਉਹ ਵੀ ਤਾਂ ਭਟਕਦੇ ਫਿਰਦੇ ਨਾ ਉਹ ਵੀ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰੀ ਭਰਿਆ ਕਰਦੀਆਂ ਇਹ ਰੂਹਾਂ ਤੇ ਮੇਰੇ ਸਤਿਗੁਰੂ ਨੇ ਮਹਿਕਮਾ ਹੀ ਵੱਖਰਾ ਕਰਤਾ ਹੈ ਇੱਥੇ ਗੁਰੂ ਦੀਆਂ ਸੰਗਤਾਂ ਆਉਂਦੀਆਂ ਨੇ ਤੇ ਗੁਰੂ ਕਿਰਪਾ ਕਰਦੇ ਰਹਿਣਗੇ ਤੇ ਭਾਈ ਲਾਲੋ ਦੀ ਡਿਊਟੀ ਲਾ ਦਿੱਤੀ ਆ ਵੀ ਆ ਜਿਹੜੀਆਂ ਗੁਪਤ ਰੂਹਾਂ ਨਾ ਇਹ ਹੁਣ ਤੇਰੇ ਅਧੀਨ ਕੀਤੀਆਂ ਇਹ ਹੁਣ ਤੇਰੀ ਸੰਗਤ ਕਰਨਗੀਆਂ ਹੁਣ ਮਾੜੀ ਜੀ ਕਿਸੇ ਨੂੰ ਸੰਗਤ ਮਿਲੇ ਫੂਕਾਂ ਜੀਆਂ ਮਾਰਨ ਲੱਗ ਪਵੇ ਤੇ ਉਹ ਸਮਾਉਂਦਾ ਹੀ ਨਹੀਂ ਹੈ। ਪਰ ਮੈਂ ਤਾਂ ਪਤਾ ਨਹੀਂ ਬਣ ਕੀ ਗਿਆ। ਧਰਤੀ ਤੇ ਪਿਆਰ ਨਹੀਂ ਲਾਉਂਦਾ। ਭਾਈ ਲਾਲੂ ਨੇ ਐਡੀ ਭਾਰੀ ਸਮਰੱਥਾ ਸ਼ਕਤੀ ਵੀ ਦਿੱਤੀ ਹੈ। ਪਰ ਦੇਖੋ ਨਿਮਰਤਾ ਤੇ ਗੁਰੂ ਤੇ ਵਿਸ਼ਵਾਸ। ਲਾਲਾਂ ਦਾ ਕੋਈ ਸੋ ਲਾਲਚ ਨਹੀਂ। ਹੋਰ ਕਿਸੇ ਕਿਸਮ ਦੀ ਹਉਮੈ ਨਹੀਂ ਹੈ। ਇਹ ਗੁਰਗੁਰ ਸਿੱਖੀ ਦੀ ਅਵਸਥਾ ਭਾਈ ਸਾਹਿਬ ਨੇ ਥੱਲੇ ਲਿਖਿਆ ਪੜ੍ਹਦੇ ਹੋ ਜਾ। ਤਾਂ ਭਾਈ ਸਾਹਿਬ ਦੱਸਦੇ ਨੇ ਇਸ ਤੋਂ ਸਾਨੂੰ ਕੀ ਪ੍ਰਭਾਵ ਮਿਲਦਾ ਹੈ? ਨਾ ਪਿਆਰ ਨਾਲ ਸੰਭ ਤੇ ਨਾ ਇਹਨਾਂ ਨਾਲ ਵਿਹਾਰ ਕਰੋ। ਬਹੁ ਬਾਹ ਦਾ ਅਰਥ ਇੱਕ ਜਾਤ ਕਰਦੇ ਹਨ। ਇਹ ਲਿਖਿਆ ਤਾ। ਕਵੀ ਜੀ ਦਾ ਪ੍ਰਸੰਗ ਤੋਂ ਭਾਵੇਂ ਹੈ ਕਿ ਗੁਰਸਿੱਖ ਨੂੰ ਚਾਹੋ ਗੁਪਤ ਪ੍ਰਗਟ ਕਿਸੇ ਪ੍ਰਕਾਰ ਦੀ ਸ਼ਕਤੀ ਵਾਲੇ ਹੋਣ ਧਰਮ ਦੀ ਕਿਰਤ ਨਾਲ ਨਿਰਵਾਹ ਕਰਨਾ ਚਾਹੀਏ। ਸ਼ਕਤੀਆਂ ਨੂੰ ਨਾਟਕ ਚੇਟਕ ਤਮਾਸ਼ਿਆਂ ਵਿੱਚ ਨਹੀਂ ਵਰਤਣਾ ਚਾਹੀਏ। ਸਤਨਾਮ ਦੇ ਸਿਮਰਨ ਤੇ ਵਾਹਿਗੁਰੂ ਪ੍ਰਾਪਤੀ ਦੇ ਉਦੇਮ ਵਿੱਚ ਰਹਿਣਾ ਚਾਹੀਏ। ਹਾਂ ਜੀ ਇਸ ਤਰ੍ਹਾਂ ਇਹ ਜਿਹੜਾ ਹੈ ਡਾਕਟਰ ਭਾਈ ਵੀਰ ਸੋਹਣਾ ਨੇ ਇਹਦੇ ਉੱਤੇ ਇਹ ਆਪਾਂ ਨੂੰ ਕਮੈਂਟ ਦਿੱਤਾ ਹੈ ਭਾਈ ਇਸ ਤੋਂ ਸਾਨੂੰ ਆ ਸਿੱਖਿਆ ਮਿਲਦੀ ਹੈ ਭਈ ਗੁਰਸਿੱਖ ਆਪਣੀ ਧਰਮ ਦੀ ਕਿਰਤ ਵਿੱਚ ਯਕੀਨ ਰੱਖੇ ਜਿੰਨੀਆਂ ਮਰਜ਼ੀ ਰਿਧੀਆਂ ਸ਼ਕਤੀਆਂ ਗੁਰੂ ਬਖਸ਼ ਦੇਵੇ ਪਰ ਇਹਨੂੰ ਤਮਾਸ਼ਾ ਨਹੀਂ ਬਣਾਉਣਾ ਪਰ ਇਹ ਨਹੀਂ ਕਿ ਕਹਿਰ ਹੋ ਜਾਊਗਾ ਜੇ ਵਰਤਾ ਜਿੱਥੇ ਕਿਤੇ ਲੋੜ ਪਏ ਫਿਰ ਵਰਤਣੀ ਵੀ ਹੈ ਗੁਰੂ ਵੀ ਵਰਤਦੇ ਰਹੇ ਨੇ ਸਿੱਖ ਵੀ ਵਰਤਦੇ ਨੇ ਜਿੱਥੇ ਲੋੜ ਪੈ ਜਾਏ ਗੁਰੂ ਸਾਹਿਬ ਜੀ ਦਾ ਬਾਣੀ ਵਿੱਚ ਹੁਕਮ ਹੈ ਮਹਾਰਾਜ ਕਹਿੰਦੇ ਨੇ ਭਾਈ ਸੋ ਜੇ ਕਿਤੇ ਲੋੜ ਪਵੇ ਤਾਂ ਕਹਿੰਦੇ ਨੇ ਭਾਈ ਤੋ ਹੋਵੇਂ ਲਿੰਗ ਝਿੰਗ ਨਾ ਹੋਵੇਂ ਐਸੀ ਕਹੀਐ ਸੋ ਤੋ ਕਹਿੰਦੇ ਜਿਸ ਵੇਲੇ ਕਿਤੇ ਲੋੜ ਪਵੇ ਨਾ ਉਸ ਵੇਲੇ ਫਿਰ ਆਪਣਾ ਜੋ ਮਹਾਰੇ ਦੀ ਬਰਕਤ ਆ ਦਿਖਾ ਦੇਣੀ ਹੈ ਇਸ ਤੀ ਕਹਿੰਦੇ ਨਾਲ ਤੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਤੋ ਕਹਿੰਦੇ ਨੇ ਭਾਈ ਇਹਨਾਂ ਨੂੰ ਤਮਾਸ਼ਾ ਨਹੀਂ ਬਣਾਉਣਾ ਜਿਵੇਂ ਜਾਦੂਗਰ ਤਮਾਸ਼ਾ ਕਰਦੇ ਪਰ ਇਹਨਾਂ ਨੂੰ ਸਾਂਭ ਕੇ ਰੱਖਣਾ ਜਿੱਤੇ ਕਿਤੇ ਲੋਡ ਪਵੇ ਫਿਰ ਬਰਤਨੀਆਂ ਹਨ ਲਾਲੋ ਗੁਰ ਕੀ ਆਗਿਆ ਮਾਨੀ ਭਾਈ ਲਾਲੋ ਜੀ ਨੇ ਗੁਰੂ ਸਾਹਿਬ ਹੁਕਮ ਮੰਨਿਆ ਫੈਂਕੇ ਜਾਏ ਗਹਿਰ ਜਹ ਪਾਣੀ ਡੂੰਘੇ ਪਾਣੀ ਚ ਜਾ ਕਰਕੇ ਸੁੱਟ ਦਿੱਤੇ ਕੋਈ ਦੇਖਣ ਵਾਲਾ ਵੀ ਮਗਰ ਨਾ ਲੱਗਦਾ ਹੋਵੇ ਗੁਰੂ ਸਾਹਿਬ ਦਾ ਹੁਕਮ ਨਹੀਂ ਹੈ ਦੋਹਰਾ ਸਤ ਗੁਰ ਅਰ ਗੁਰ ਸਿੱਖਨ ਕੀ ਮਹਿਮਾ ਮਹਾਨ ਬੰਦੇ ਸਤ ਗੁਰੂ ਜੀ ਦੀ ਤੇ ਸਿੱਖਾਂ ਦੀ ਮਹਿਮਾ ਬੜੀ ਮਹਾਨ ਹੈ ਜਿਵੇਂ ਕਿ ਕਥਨ ਕੀਤੀ ਹੈ ਧੰਨ ਗੁਰੂ ਅਰਥ ਧੰ ਸਿੱਖ ਜਗਤ ਉਧਾਰ ਨਵਾਨ ਧੰ ਮੇਰੇ ਗੁਰੂ ਸਾਹਿਬ ਜੀ ਤੇ ਧੰ ਮੇਰੇ ਗੁਰੂ ਦੇ ਸਿੱਖ ਨੇ ਜਿਹੜੇ ਜਗਤ ਦਾ ਉਧਾਰ ਕਰਦੇ ਹਨ ਤੇ ਮੇਰੇ ਸ਼ਹਿਨ ਚਾ ਪਿਤਾ ਧੰ ਮੇਰੇ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ ਇਹ ਡੱਲਨ ਵਾਸੀ ਭਾਈ ਪਾਰੋ ਜੀ ਪਰਮਹੰਸ ਜਿਨ੍ਹਾਂ ਨੂੰ ਕਿਹਾ ਅੱਗੇ ਜਿਕਰ ਆਏਗਾ ਕਿ ਮੇਰੇ ਸਤਿਗੁਰੂ 72 ਬ੍ਰਹਮ ਗਿਆਨੀ ਗੁਰਸੇਖ ਇਸ ਇੱਕ ਨਗਰ ਦੇ ਹੋਏ ਹੈ ਮੇਰੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਐਡੀ ਮੇਰੇ ਸਤਿਗੁਰੂ ਦੀ ਬਰਕਤ ਇਸ ਨਗਰੀ ਦੇ ਉੱਤੇ ਮੇਰੇ ਸ਼ਾਨਚਾਪੇਤਾ ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨ ਸਾਨੂੰ ਸਾਡੇ ਹਿਰਦਿਆਂ ਵਿੱਚ ਐਸਾ ਗੁਰੂ ਦਾ ਪਿਆਰ ਵਸੇ ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕਾ ਘਾਤ ਪ੍ਰਵਿਆਪੇ ਮੇਲੇ ਦੀ ਵਰਤਾਂ ਦੇ ਪਾਤਰ ਬਣੀਏ ਭੁੱਲਾ ਚੁੱਕੀ ਦੀ ਖਿਮਾ ਬਖਸ਼ਣੀ ਦੇਹੁ ਸੱਜਣ ਅਸੀਸਣੀਆਂ ਜਿਹੋਵੇਂ ਸਾਹਿਬ ਸਿਉ ਮੇਲ ਦੀ ਦਾਤ ਪ੍ਰਾਪਤ ਹੋਵੇ ਲੋਹਰਾ ਸਤਿਗੁਰ ਅਰ ਗੁਰ ਸਿੱਖਣ ਕੀ ਮਹਿਮਾ ਮਹਾ ਮਹਾਨ ਧੰਨ ਗੁਰੂ ਅਰ ਧੰਨ ਸਿੱਖ ਜਗਤ ਉਧਾਰ ਨਿਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ